ਹੁਣ ਅਸੀਂ 755 ਸਫ਼ੇ ਤੋਂ ਸ਼ੁਰੂ ਕਰਨਾ। ਰਾਗ ਸੂਹੀ ਮਹੱਲਾ ਤੀਜਾ ਕਰ ਦਸਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਰਾਗ ਸੂਹੀ ਮਹੱਲਾ ਤੀਜਾ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਕਹਿੰਦੇ ਮਰ ਜਾਂਦਾ ਬੰਦਾ, ਮਰ ਕੇ ਵੀ ਮਿੱਟੀ ਹੋ ਜਾਂਦਾ, ਬਸ ਹੋਰ ਇਹਦੇ ਪੱਲੇ ਕੁਛ ਨਹੀਂ। ਪਰ ਇੱਥੇ ਜਿਹੜੀ ਗੱਲ ਇਹਨਾਂ ਨੇ ਤਾਂ ਇੱਥੇ ਲਿਖ ਦਿੱਤਾ ਕਿ ਮਰ ਬੰਜ ਸੀ, ਮਰ ਜਾਏਗੀ ਦੁਨੀਆ, ਮਰ ਮਰ ਕੇ ਖਾਕ ਮਿੱਟੀ ਥੀ ਹੋ ਜਾਏਗੀ। ਪਰ ਜਿਹੜਾ ਵਿੱਚ ਆਹ ਦੁਨੀਆ ਨਾ ਸਲਾਹੇ, ਇਹਦਾ ਅਰਥ ਕੋਈ ਨਹੀਂ ਕੀਤਾ। ਇੱਥੇ ਲਿਖਿਆ ਹੈ ਵੀ ਤੁਸੀਂ ਦੁਨੀਆਂ ਦੀ ਸਿਫਤ ਨਾ ਕਰੋ, ਕਰਕੇ ਇਹ ਮਨ ਵਾਲੀ ਆ, ਅਤੇ ਲੋਕਾਂ ਨੂੰ ਨਾ ਸਲਾਹ ਕਰੋ, ਕਰਕੇ ਉਹਨਾਂ ਨੂੰ ਵੀ ਮਰ ਕੇ ਖਾ ਪਾਉਣੀ। ਜੇ ਆਪ ਵੀ ਦੁਨੀਆਂ ਦੀ ਖਾਤਰ ਭਾਵਾਂ ਕੁਰਬਾਨੀ ਦੇਈਏ, ਆਪ ਹੀ ਖਾਕ ਹੋ ਜਾਵਾਂਗੇ, ਦੁਨੀਆਂ ਨੂੰ ਕੀ ਸੋਭਾ ਦੇਣੀਆਂ, ਨਹੀਂ ਇਹ ਛੱਡਦਾ ਵਿੱਚੋਂ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹੋ ਰਹਾਓ। ਵਾਹੋ ਮੇਰੇ ਸਾਹਿਬਾ ਵਾਹੋ, ਆਪਦੀ ਖੇਲ ਆਪਦੀ ਲੀਲਾ ਆਸ਼ਚਰਜ ਹੈ ਮੇਰੇ ਸਾਹਿਬ ਜੀ। ਗੁਰਮੁਖ ਸਦਾ ਸਲਾਹੀਏ, ਗੁਰਮੁਖਾਂ ਨੂੰ ਸਦਾ ਸਿਰ ਤੋਂ ਸਲਾਹ ਵਿੱਚ ਉਹਦੇ ਜੁੜਨਾ ਚਾਹੀਦਾ, ਜਿਹੜਾ ਸੱਚਾ ਬੇਪਰਵਾਹ, ਜਿਹੜਾ ਬੇਪਰਵਾਹ ਆ, ਆਸ਼ਚਰਜ ਖੇਲ ਬਣਾਉਣ ਵਾਲਾ ਆ, ਸਾਰਿਆਂ ਦਾ ਮਦਦਗਾਰ ਆ, ਉਹਦੇ ਸਿਫਤ ਸਲਾਹ ਹਰ ਸਮੇਂ ਕਰਨੀ ਚਾਹੀਦੀ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ, ਜਮਪੁਰ ਬਦੇ ਮਾਰੀਐ ਵੇਲਾ ਨਾ ਲਹਨ। ਰਹਾਓ ਦੁਨੀਆ ਤੇਰੀ ਦੋਸਤੀ, ਅਸੀਂ ਦੁਨੀਆ ਨਾਲ ਦੋਸਤੀ ਕਰਦੇ ਹਾਂ, ਵੱਧ ਅਤੇ ਵੱਧ ਜਿੰਨਾ ਨਾਲ ਮੇਲ ਮਿਲਾਪ ਹੋਵੇ ਉਹ ਕਰਦੇ ਹਾਂ, ਵੀ ਕਿਤੇ ਸਾਡੀ ਪਾਰਟੀ ਬਣ ਜਾਊਗੀ, ਕੋਈ ਸਾਡੇ ਲੋੜ ਪਵੇ ਤਾਂ ਸਾਡੀ ਮਦਦ ਹੋਊਗੀ, ਨਹੀਂ ਤਾਂ ਲੋਕ ਉੱਦਾਂ ਸਭ ਤੋਂ ਡਰਨਗੇ ਵੀ ਇਹਦੇ ਪਿੱਛੇ ਬੰਦੇ ਬਹੁਤ ਆ। ਇਸ ਕਰਕੇ ਦੁਨੀਆਂ ਦੀ ਕਹਿੰਦੇ ਦੋਸਤੀ ਜਿਹੜੀ ਆ ਇਹ ਸੁੱਖ ਕੋਈ ਨਹੀਂ ਦਿੰਦੀ। ਮਨਮੁੱਖਾਂ ਦੀ ਭਾਵਨਾ ਇਹ ਆ ਵੀ ਦੁਨੀਆਂ ਦਾ ਮੇਲ ਮਿਲਾਪ ਵਧਾਈਏ ਅਤੇ ਆਪਣੀਆਂ ਪਾਰਟੀਆਂ ਬਣਾਈਏ। ਮਨਮੁੱਖ ਦਰਜ ਮਰਨ, ਇਹਦੇ ਵਿੱਚ ਹੀ ਜਲਦੇ ਰਹਿੰਦੇ ਮਰਦੇ ਰਹਿੰਦੇ ਆ ਹਰ ਵੇਲੇ। ਜਮਪੁਰ ਵਧੇ ਮਾਰੀਏ ਹੈ ਵੇਲਾ ਨਾ ਲਹਾਉਣਾ, ਕਹਿੰਦੇ ਫਿਰ ਜ਼ਿੰਦਗੀ ਦੇ ਸਵਾਸ ਪੂਰੇ ਹੋ ਜਾਂਦੇ ਆ, ਜਮਾਂ ਦੇ ਵੱਸ ਪੈਣਾ ਪੈਂਦਾ, ਉਹ ਬੰਨ ਕੇ ਕੁੱਟਦੇ ਆ। ਬੱਤੇ ਮਾਰੀਏ ਹੈ ਵੇਲਾ ਨਾ ਲਹਾਉਣ, ਫਿਰ ਉਹਨਾਂ ਨੂੰ ਇਹ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਕਿ ਮਨੁੱਖਾ ਦੇ ਪਾ ਕੇ ਅਸੀਂ ਸਮਨ ਕਰ ਲਈਏ। ਗੁਰਮੁਖ ਜਨਮ ਸਕਾਰ ਥਾ ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਿਣ ਰਹਿਣ। ਕਹਿੰਦੇ ਗੁਰਮੁਖ ਜਿਹੜੇ ਆ ਉਹਨਾਂ ਦਾ ਜਨਮ ਸਫਲਾ ਹੁੰਦਾ, ਕਿਉਂ ਹੁੰਦਾ? ਸੱਚੇ ਸ਼ਬਦ ਲਗਨ, ਉਹ ਸੱਚੇ ਦੇ ਨਾਮ ਵਿੱਚ ਸਿੱਖਿਆ ਗੁਰੂ ਦੀ ਵਿੱਚ ਜੁੜੋਇਆ। ਆਤਮ ਰਾਮ ਪ੍ਰਗਾਸਿਆ,
ਆਤਮਿਕ ਜੀਵਨ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ ਆ, ਆਤਮਾ ਪ੍ਰਕਾਸ਼ ਹੋ ਗਿਆ ਉਹਨਾਂ ਦਾ। ਸਹਿਜੇ ਸੁੱਖ ਰਹਿਣ, ਉਹ ਸਹਿਜ ਟਿਕਾਓ ਦੇ ਵਿੱਚ ਜੁੜੇ ਪਰਮੇਸ਼ਰ ਦੇ ਨਾਲ ਸੁੱਖ ਦੇ ਵਿੱਚ ਜ਼ਿੰਦਗੀ ਬਿਤਾ ਰਹੇ ਆ, ਸੁੱਖ ਵਿੱਚ ਰਹਿ ਭੋਗ ਰਹੇ ਸੁੱਖ। ਗੁਰ ਕਾ ਸ਼ਬਦ ਵਸਾਰਿਆ ਦੂਜਾ ਭਾਇ ਰਚੰਨ, ਤਿਸ ਨਾ ਭੁੱਖ ਨਾ ਉਤਰੈ ਅਣ ਦਿਨ ਜਲਤ ਫਿਰੰਨ। ਕਹਿੰਦੇ ਜਿਨ੍ਹਾਂ ਨੇ ਗੁਰ ਕਾ ਸ਼ਬਦ ਵਸਾਰਿਆ, ਗੁਰੂ ਤੋਂ ਉਪਦੇਸ਼ ਲਿਆ ਨਹੀਂ, ਪ੍ਰਭੂ ਦੇ ਨਾਮ ਨੂੰ ਕਦੇ ਸਿਮਰਿਆ ਨਹੀਂ, ਉਹ ਮਾਇਆ ਮੋਹ ਦੇ ਵਿੱਚ ਰਚੇ ਪਏ ਆ, ਫਸੇ ਪਏ ਆ। ਦੂਜਾ ਭਾਵ ਜਿਹੜਾ ਕਹਿਣਾ, ਉੱਥੇ ਮਾਇਆ ਦਾ ਪਿਆਰ, ਮਾਇਆ ਦੇ ਮੋਹ ਪਿਆਰ ਵਿੱਚ ਰਚੇ ਪਏ ਆ, ਜੁੜੇ ਪਏ ਆ। ਤਿਸ ਨਾ ਭੁੱਖ ਨਾ ਉਤਰਿਆ, ਉਹਨਾਂ ਦੀ ਨਾ ਤ੍ਰਿਸ਼ਨਾ ਰੂਪੀ ਭੁੱਖ ਕਦੀ ਉਤਰਦੀ ਆ। ਅਣ ਦਿਨ ਜਲ ਤਰ ਹਨ, ਉਹ ਜਿੱਦਾਂ ਮਸਕੀਨ ਕਹਿੰਦਾ ਸੀ ਵੀ 40,000 ਬੱਚਿਆ ਤਾਂ ਕਹਿੰਦਾ ਉਹ ਘਾਟਾ ਪੈ ਗਿਆ 10,000। ਇਸ ਤਰ੍ਹਾਂ ਦੇ ਨਾਲ ਮਾਇਆ ਪਿੱਛੇ ਪਿਆ ਬੰਦਾ ਤੜਫਦਾ ਹੀ ਰਹਿੰਦਾ ਜਿੰਨੀ ਮਰਜ਼ੀ ਪ੍ਰਾਪਤ ਹੋ ਜਾਏ। ਅਤੇ ਇਸ ਤਰ੍ਹਾਂ ਨਾਲ ਕਹਿੰਦੇ ਜਲ ਦੇ ਅੰਦਰੋਂ ਹਿਰਦੇ ਉਹਨਾਂ ਦੇ ਫਿਰਦੇ ਆ, ਦੁਖੀ ਹੁੰਦੇ ਆ। ਦੁਸ਼ਟ ਨਾ ਦੋਸਤੀ ਨਾ ਸੰਤਾ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉ ਸਗਲੇ ਕੁਲ ਡੋ ਬਨ। ਜਿਹੜੇ ਸੰਤਾਂ ਦੇ ਨਾਲ ਦੋਆ ਸੱਚਾਂ, ਦੁਸ਼ਟਾਂ ਦੇ ਨਾਲ ਦੋਸਤੀ, ਜਿਹੜੇ ਬੇਕਾਰ ਪੰਜ ਹੈ ਉਹ ਵੀ ਦੁਸ਼ਮਣ ਆ। ਤਾਂ ਜਿਹੜੇ ਦੁਨੀਆਂ ਦੇ ਮਿੱਤਰ ਅਸੀਂ ਬਣਾ ਹੋਏ ਆ ਉਹ ਵੀ ਦੁਸ਼ਮਣ ਆ, ਉਹ ਮਿੱਤਰ ਨੇ। ਉਹ ਮਿੱਤਰ ਇਸ ਕਰਕੇ ਨਹੀਂ, ਉਹਨਾਂ ਦੀ ਮਤਰਾਈ ਵਿੱਚ ਜੀਵਨ ਨਾਮ ਤੋਂ ਟੁੱਟਾ ਰਹਿੰਦਾ, ਗੁਰੂ ਦੇ ਕਦੀ ਸਿੱਖਿਆ ਨਹੀਂ ਲੈਂਦਾ, ਗੁਰੂ ਵਾਲਾ ਨਹੀਂ ਬਣਦਾ, ਇਸ ਕਰਕੇ ਉਹ ਦੁਸ਼ਮਣ ਆ ਉਹਨਾਂ ਦੇ। ਦੂਜੀ ਗੱਲ, ਉਹਨਾਂ ਨੂੰ ਅਗਿਆਨ ਤਾਂ ਹੁੰਦਾ ਨਹੀਂ ਇਹਨਾਂ ਦੇ ਵਿੱਚ ਫਸਿਆਂ ਦੇ, ਅਤੇ ਉਹ ਉਹਨਾਂ ਨੂੰ ਇਹ ਪਛਾਣ ਨਹੀਂ ਵੀ ਸੰਤਾਂ ਦੀ ਪਰਮਾਤਮਾ ਅਤੇ ਪਰਮਾਤਮਾ ਵੱਲੋਂ ਕਿੰਨੀ ਰਹਿਮਤ ਆ ਸੰਤਾਂ 'ਤੇ, ਅਤੇ ਸੰਤਾਂ ਦੀ ਸਗਾਂ ਸੇਵਾ ਕਰਨ ਦੇ ਬਜਾਏ ਕਹਿੰਦੇ ਉਹਨਾਂ ਨਾਲ ਵੈਰ ਕਮਾਉਂਦੇ ਆ। ਵੈਰ ਕਮਾ ਕੇ ਕਹਿੰਦੇ ਆਪ ਤਾਂ ਉਹਨਾਂ ਨੇ ਡੁੱਬਣਾ ਹੀ ਸੀ, ਬਾਕੀ ਜਿਹੜੇ ਸੰਗੀ ਸਾਥੀ ਉਹਨਾਂ ਦੇ ਬਣਵਾਏ ਸੀ ਉਹ ਵੀ ਸਾਰੇ ਡੁੱਬਣ ਸਗਲੇ ਕੁੱਲ ਡੁਬਨ। ਆਪਣਾ ਪਰਿਵਾਰ ਵੀ ਗਾਹਾਂ ਜਿਹੜਾ ਆ ਉਹ ਵੀ ਮਾੜੇ ਕਰਮਾਂ 'ਚ ਫਸ ਗਿਆ, ਉਹ ਵੀ ਡੁੱਬ ਗਿਆ, ਸਾਰੇ ਡੁੱਬ ਗਏ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਕੋਰ ਪਵਨ। ਇਸ ਲਈ ਮਹਾਰਾਜ ਕਹਿੰਦੇ ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ, ਜੇ ਕਹੀਏ ਮਾੜੇ ਬੰਦੇ ਦੀ ਵੀ ਨਿੰਦਾ ਅਸੀਂ ਕਰੀਏ, ਪਰ ਦੂਸਰੀ ਨਿੰਦਾ ਦਾ ਇਹ ਵੀ ਖਿਆਲ ਹੋਣਾ ਚਾਹੀਦਾ, ਨਿੰਦਾ ਉਹ ਹੁੰਦੀ ਆ ਜਿਹੜਾ ਅਗਲੇ ਦੇ ਵਿੱਚ ਦੋਸ਼ ਨਹੀਂ, ਜਾਣ ਬੁੱਝ ਕੇ ਉਹਦੇ 'ਤੇ ਦੋਸ਼ ਲਾਉਣਾ, ਉਹ ਨਿੰਦਾ। ਜੇ ਹੁਣ ਤੁਹਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਗਾਲ ਕੱਢੀ ਆ ਜਾਂ ਥੱਪੜ ਮਾਰਿਆ, ਤੁਸੀਂ ਕਹਿ ਤਾ ਵੀ ਹਾਂ ਮਾਰਿਆ, ਉਹ ਨਿੰਦਾ ਤੋੜੋ, ਉਹ ਤਾਂ ਉਹਨੂੰ ਕਰਮ ਕੀਤਾ। ਅਗਲੇ ਦੇ ਵਿੱਚ ਉਹ ਔਗਣ ਨਾ ਹੋਣ, ਅਸੀਂ ਕਹਿਣਾ ਜੀ ਇਹਦੇ 'ਚ ਆਹ ਵੀ ਆ, ਇਹਦੇ 'ਚ ਆਹ ਵੀ ਆ, ਆਹ ਵੀ ਆ, ਉਹ ਜਿਹੜਾ ਦੋਸ਼ ਲਾਉਣਾ ਉਹ ਨਿੰਦਾ। ਹੁਣ ਕੀ ਕਹਿੰਦੇ ਵੀ ਨਿੰਦਾ ਇਸ ਕਰਕੇ ਵੀ ਹੈ, ਜੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੂੰ ਥੱਪੜ ਮਾਰ ਦਿੱਤਾ ਤਾਂ ਅਸੀਂ ਦੇਖਿਆ ਆ, ਫਿਰ ਕਹਿੰਦੇ ਵੀ ਇੱਥੇ ਗੱਲ ਛੱਡ ਦਿਓ, ਹੋਰ ਕਿਸੇ ਨੂੰ ਨਾ ਜਾ ਕੇ ਦੱਸੋ ਵੀ ਉਹਨੂੰ ਥੱਪੜ ਮਾਰਿਆ ਕਰਕੇ, ਫਿਰ ਤੁਸੀਂ ਉਹਦੀ ਨਿੰਦਾ ਕਰਨੇ ਆ। ਉਹ ਨਿੰਦਾ ਕਹਿ ਲਈਏ ਕੁਛ ਵੀ ਕਰ ਲਈਏ, ਪਰ ਉਹਨਾਂ ਕੀਤਾ ਆ ਦੱਸਦੇ ਆ, ਦੱਸਣਾ ਚਾਹੀਦਾ ਨਹੀਂ, ਨਹੀਂ ਦੱਸਣਾ ਚਾਹੀਦਾ, ਨਹੀਂ ਕੋਈ ਗਾਹਾਂ ਤੇ ਗਾਹਾਂ, ਗਾਹਾਂ ਤੇ ਗਾਹਾਂ, ਗਾਹਾਂ ਤੇ ਗਾਹਾਂ ਤੇ ਗੱਲ ਛੱਡੋ, ਪਰ ਜੇ
ਹੁਣ ਸਾਡੇ ਨਾਲ ਇੱਕ ਅੱਧੇ ਨਾਲ ਜੇ ਕੋਈ ਕਿਸੇ ਨੇ ਗੱਲ ਪੁੱਛੀ ਆ ਵੀ ਏਦਾਂ ਸੁਣਿਆ ਵੀ ਤੁਸੀਂ ਦੇਖਿਆ ਫਿਰ ਤਾਂ ਸਾਨੂੰ ਕਰਨੀ ਪਊ ਹਾਂ ਜਾਂ ਪਰਿਵਾਰ ਦੇ ਵਿੱਚ ਜੇ ਤੁਸੀਂ ਇੱਕ ਦੂਸਰੇ ਨੂੰ ਤੁਸੀਂ ਦੱਸਦੇ ਹੋ ਉਹ ਵੀ ਕਰਨੀ ਪਊ ਉਹ ਵੀ ਕਰਨੀ ਪੈਂਦੀ ਆ ਆਮ ਜਿਹੜਾ ਹਰ ਵੇਲੇ ਉਹ ਤਾਂ ਚੁਗਲੀ ਹੋ ਗਈ ਫਿਰ ਆ ਫਿਰ ਉਹ ਨਹੀਂ ਕਰਨੀ ਚਾਹੀਦੀ ਆਹੋ ਚੁਗਲੀ ਤਾਂ ਵੱਖਰੀ ਗੱਲ ਪਰ ਜੇ ਤੁਹਾਡੇ ਨਾਲ ਕੋਈ ਬੁਰਾ ਕਰਦਾ ਹੈ ਤਾਂ ਫਿਰ ਤੁਸੀਂ ਗਾਹ ਕਿਸੇ ਨੂੰ ਆਪਣੇ ਪਰਿਵਾਰ ਵਿੱਚ ਨਾ ਦੱਸੋ ਫਿਰ ਉਹਨਾਂ ਦਾ ਬਚਾਅ ਕਿੱਦਾਂ ਹੁੰਦਾ ਨਹੀਂ ਨਹੀਂ ਉਹ ਤਾਂ ਕਰਨੀ ਪਊਗੀ ਗੱਲ ਤਾਂ ਉੱਦਾਂ ਮਹਾਰਾਜ ਕਹਿੰਦੇ ਆ ਵੀ ਜਿਹੜਾ ਐਵੇਂ ਦੋ ਸ਼ਕਲੇ ਨੂੰ ਦੇਈ ਜਾਣਾ ਆਹੋ ਬਈ ਇੱਕ ਤਾਂ ਝੂਠਾ ਇਲਜ਼ਾਮ ਲਾਉਣਾ ਆਹੋ ਤੇ ਦੂਜਾ ਉੱਦਾਂ ਚੁਗਲੀਆਂ ਕਰੀ ਜਾਣਗੀਆਂ ਕਿਸੇ ਨੇ ਭੁਲੇਖਾ ਬਣਾਇਆ ਤੇ ਸਾਰੀ ਜ਼ਿੰਦਗੀ ਉਹਦੀ ਚੁਗਲੀ ਕਰੀ ਜਾਣੀ ਹਾਂ ਤੇ ਉਹ ਕਹਿੰਦੇ ਕਰਨੀ ਕਿਸੇ ਦੀ ਵੀ ਠੀਕ ਨਹੀਂ ਚਾਹੇ ਉਹ ਪਹਿਲਾਂ ਸੰਤਾਂ ਦਾ ਗੱਲ ਕੀਤੀ ਆ ਨਾ ਫਿਰ ਕਹਿੰਦਾ ਵੀ ਕਿਸੇ ਦੀ ਵੀ ਨਾ ਕਰੋ ਭਾਵੇਂ ਕੋਈ ਸੰਤ ਆ ਤੇ ਚਾਹੇ ਸੰਤ ਆ ਵੀ ਉਹਦੀ ਨਿੰਦਾ ਜਿਹੜੀ ਕਰਨੀ ਉਹਨੂੰ ਦੋਸ਼ ਦੇਣਾ ਉਹ ਮਾੜੀ ਗੱਲ ਆ ਪਰ ਕਹਿੰਦੇ ਮਨਮੁੱਖ ਮੁਗਧ ਕਰਨ ਜਿਹੜੇ ਮਨਮੁੱਖ ਆ ਉਹ ਮੂਰਖ ਹਰ ਵੇਲੇ ਹੀ ਕਿਸੇ ਨਾ ਕਿਸੇ ਦੀ ਗੱਲ ਛੇੜੀ ਰੱਖਣੀ ਉਹਨਾਂ ਨੇ ਛੇੜੀ ਰੱਖਣੀ ਉਹ ਕਹਿੰਦੇ ਇਹ ਕੁਛ ਕਰਦੇ ਆ ਅਤੇ ਇਹ ਕਰਕੇ ਮਿਲਦਾ ਕੀ ਆ ਮੋਹ ਕਾਲੇ ਤਿੰਨ ਨਿੰਦਕਾਂ ਉਹਨਾਂ ਦੇ ਮੂੰਹ ਅੱਗੇ ਦਰਗਾਹ ਵਿੱਚ ਕਾਲੇ ਹੁੰਦੇ ਆ ਨਰਕੇ ਘੋਰ ਭਵਨ ਘੋਰ ਨਰਕ ਦੇ ਵਿੱਚ ਜਾ ਕੇ ਉਹਨਾਂ ਨੂੰ ਪਾਇਆ ਜਾਂਦਾ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਸੇ ਨਾ ਜਾਏ ਕਹਿੰਦੇ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਜੇ ਕਿਸੇ ਸਾਧੂ ਸੰਤ ਦੀ ਸੇਵਾ ਕਰੂਗਾ ਤਾਂ ਇਹਨੂੰ ਅੰਦਰ ਨਾਮ ਪ੍ਰਕਾਸ਼ ਹੋਊਗਾ ਨਾਮ ਦੁਆਰਾ ਗਿਆਨ ਪ੍ਰਕਾਸ਼ ਹੋਊਗਾ ਫਿਰ ਉਹਨੂੰ ਅਸਲੀਅਤ ਦਾ ਪਤਾ ਲੱਗੂ ਤਾਂ ਜੇ ਹੁਣ ਇਹ ਬੈਠੇ ਸ਼ਰਾਬੀਆਂ ਦੇ ਕੋਲ ਜੁਹਾਰੀਆਂ ਦੇ ਕੋਲ ਪੂਰੇ ਕਰਮ ਕਰਨ ਵਾਲਿਆਂ ਦੇ ਕੋਲ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਤਾਂ ਫਿਰ ਆਪ ਵੀ ਉੱਦਾਂ ਦਾ ਬਣ ਜਾਓ ਉਹ ਤੇ ਕਰਮ ਕਮਾਏ ਬਸ ਜਿਹੋ ਜਿਹੀ ਕਿ ਸੰਗਤ ਵਿੱਚ ਬਹਿੰਦਾ ਜੇ ਸੰਗਤ ਵਿੱਚ ਜਾਂਦਾ ਉਹ ਜੇ ਕਰਮ ਕਰਨ ਲੱਗ ਪੈਂਦਾ ਆਪ ਬੀਜ ਆਪੇ ਹੀ ਖਾਵਣਾ ਜਿਹੋ ਜਿਹਾ ਕਰਮ ਕੀਤਾ ਹੁਣ ਉਹ ਜੇ ਭੋਗਣਾ ਜੇ ਅਸੀਂ ਆਪ ਗਾਰਡਨ ਦੇ ਵਿੱਚ ਜੋ ਜੋ ਲਾਇਆ ਆ ਉਹੀ ਤੋੜ ਕੇ ਲਿਆਉਣਾ ਆਹੋ ਤਾਂ ਇਸ ਲਈ ਜੋ ਅਸੀਂ ਕਰਮ ਕਰਦੇ ਹਾਂ ਉਹੋ ਹੀ ਅਸੀਂ ਬੀਜ ਬੀਜਿਆ ਹੈਗਾ ਜਿਹੋ ਜਿਹਾ ਬੀਜ ਬੀਜਿਆ ਜਿਹੋ ਜਿਹਾ ਕਰਮ ਕੀਤਾ ਉਹ ਜੇ ਉਹਦਾ ਸੁੱਖ ਦੁੱਖ ਭੋਗਣਾ ਖਾਵਣਾ ਭੋਗਣਾ ਕਹਿਣਾ ਕਿਸੇ ਨਾ ਜਾਏ ਕਹਿੰਦੇ ਕੋਈ ਉਹਨੂੰ ਬਿਆਨ ਨਹੀਂ ਕਰ ਸਕਦੇ ਅਸੀਂ ਵੀ ਕੀ ਕਰਮ ਕੀ ਕੀ ਕਰ ਰਹੇ ਹਾਂ ਅਸੀਂ ਖਰੇ ਕਿੰਨੇ ਕੁ ਮਾੜੇ ਕਰਦੇ ਹਾਂ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਹੋਏ ਅੰਮ੍ਰਿਤ ਭਰੇ ਭਰਪੂਰ ਹਰ ਆਉਣਾ ਤਿਲ ਨ ਤਮਾਏ ਨੇ ਭਰਪੂਰ ਹੈ ਹਾਂ ਓਏ ਅੰਮ੍ਰਿਤ ਭਰੇ ਭਰਪੂਰ ਹੈ ਆਉਣਾ ਤਿਲ ਨ ਤਮਾਏ ਕਹਿੰਦੇ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਹਰ ਵੇਲੇ ਪ੍ਰਭੂ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਦੇ ਮੁੱਖਾਂ ਜੋ ਨਿਕਲ ਜਾਂਦਾ ਆ ਉਹ ਹੋ ਜਾਂਦਾ ਤਾਂ ਇਸ ਕਰਕੇ ਉਹ ਕਿਸੇ ਐਵੇਂ ਵਿਅਰਥ ਨਹੀਂ ਜਾਂਦਾ ਉਹਦਾ ਕੋਈ ਮਤਲਬ ਹੁੰਦਾ ਵੀ ਕੀ ਕਹਿਤਾ ਕਿਉਂਕਿ ਉਹ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਦੇ ਅੰਦਰ ਅੰਮ੍ਰਿਤ ਰਸ ਦੇ ਵਿੱਚ ਭਰਪੂਰ ਮਨ ਜੁੜਿਆ ਹੈ ਨਾਮ ਅੰਮ੍ਰਿਤ ਉਹਨਾਂ ਦੇ ਹਰ ਵੇਲੇ ਰਸਾਂ 'ਤੇ ਚੱਲਦਾ ਉਹਨਾਂ ਤਿਲ ਨਾ ਤਮਾਏ ਉਹਨਾਂ ਨੂੰ ਸੰਸਾਰ ਦੀ ਜੋ ਤ੍ਰਿਸ਼ਨਾ ਦੀ ਤਮਾ ਉਹ ਤਿਲ ਭਰ ਵੀ ਨਹੀਂ ਹੁੰਦੀ ਅੰਦਰ ਹਾਂ ਅਤੇ ਇਸ ਕਰਕੇ ਉਹਨਾਂ ਦੇ ਤਿਲ ਸਾਰ ਵੀ ਤਮਾ ਨਹੀਂ ਅੰਦਰ ਭਾਵ ਖੁਆਇਸ਼ ਨਹੀਂ
ਤੇ ਇਸ ਲਈ ਉਹਨਾਂ ਦਾ ਬੋਲਿਆ ਆ ਜਿਹੜਾ ਆ ਉਹ ਸਫਲ ਹੁੰਦਾ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸ਼ ਸੇਨ ਸੇਵਟ ਭਾਗੀ ਜੇ ਉਹਨਾਂ ਮਿਲ ਰਹੇ ਅਣ ਦੇ ਨਾਮ ਲੈਣ। ਕਹਿੰਦੇ ਗੁਣਕਾਰੀ ਗੁਣ ਸੰਗ੍ਰਹਿ ਜਿਹੜੇ ਸ਼ੁਭ ਗੁਣਾਂ ਵਾਲੇ ਹੈ ਉਹ ਹੋਰ ਵੀ ਗਾਹਾਂ ਸ਼ੁਭ ਗੁਣਾਂ ਨੂੰ ਭਾਲਦੇ ਆ, ਸ਼ੁਭ ਗੁਣ ਕਰਦੇ ਆ ਤੇ ਹੋਰਨਾਂ ਨੂੰ ਵੀ ਉਪਦੇਸ਼ ਦਿੰਦੇ ਭਾਈ ਤੁਸੀਂ ਵੀ ਇਹ ਕਰੋ। ਅਵਰਾ ਉਪਦੇਸ਼ ਹੋਰਨਾਂ ਨੂੰ ਉਪਦੇਸ਼ ਕਰਦੇ ਆ ਤੇ ਤੁਸੀਂ ਵੀ ਕਰੋ, ਮਾੜੇ ਕਰਮ ਛੱਡੋ ਚੰਗੇ ਗੁਣ ਕਰੋ। ਸੇ ਬੜ ਭਾਗੀ ਜੇ ਉਹਨਾਂ ਮਿਲ ਰਹੇ, ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਸੰਗਤ ਕਰਦੇ ਆ ਤੇ ਉਹਨਾਂ ਦੀ ਸੰਗਤ ਵਿੱਚੋਂ ਨਾਮ ਦੀ ਪ੍ਰਾਪਤੀ ਕਰਕੇ ਰਾਤ ਦਿਨ ਨਾਮ ਲੈਣ ਅਨ ਦਿਨ ਰਾਤ ਦਿਨ ਨਾਮ ਲੈਣ ਤੇ ਨਾਮ ਜਪਦੇ ਆ ਉਹ ਵੱਡੇ ਭਾਗਾਂ ਵਾਲੇ। ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦ ਨੀ ਏਕੋ ਹੈ ਦਾਤਾਰ ਸੱਚਾ ਆਪ ਧਨੀ। ਕਹਿੰਦੇ ਦੇਸੀ ਰਿਜਕ ਸੰਭਾਹੇ ਸਾਰੀ ਸੰਸਾਰ ਦੀ ਰਚਨਾ ਕਰਕੇ ਉਹ ਆਪ ਹੀ ਸਭ ਦਾ ਰਿਜਕ ਵੀ ਪੈਦਾ ਉਹਨੇ ਕੀਤਾ। ਕਿਨ ਕੀਤਾ? ਜਿਨ ਉਪਾਈ ਮੇਦ ਨੀ, ਜਿਹਨੇ ਦੁਨੀਆਂ ਪੈਦਾ ਕੀਤੀ ਉਹਨਾਂ ਨਾਲ ਦੁਨੀਆਂ ਲਈ ਰਿਜਕ ਵੀ ਪੈਦਾ ਕੀਤਾ। ਏਕੋ ਹੈ ਦਾਤਾਰ ਸੱਚਾ ਆਪ ਧਣੀ, ਸਭਨਾ ਜੀਆਂ ਕਾ ਇੱਕ ਦਾਤਾ, ਉਹ ਇੱਕੋ ਹੀ ਦਾਤਾ ਹੈ ਸਾਰੇ ਜੀ ਜੰਤ ਜਿੰਨੇ ਪੈਦੇ ਉਹ ਕੀਤੇ ਆ, ਉਹ ਆਪ ਸੱਚਾ ਆਪ ਧਣੀ, ਉਹ ਸੱਚਾ ਵੀ ਆ, ਉਹ ਦਾਤਾ ਵੀ ਆ, ਦਾਤਾਂ ਦੇਣ ਵਾਲਾ ਤੇ ਧਣੀ ਸਭ ਤੋਂ ਵੱਡਾ ਆ। ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ, ਆਪੇ ਬਖਸੇ ਮੇਲ ਲੈ ਸੋ ਪ੍ਰਭ ਸਦਾ ਸੰਭਾਲ। ਸੋ ਸੱਚ ਤੇਰੇ ਨਾਲ ਹੈ ਉਹ ਪ੍ਰਭੂ ਸੱਚਾ ਜੋ ਹੈ ਉਹ ਹਰ ਵੇਲੇ ਤੇਰੇ ਨਾਲ ਹੈ। ਗੁਰਮੁਖ ਨਦਰ ਨਿਹਾਲ, ਪਰ ਉਹ ਗੁਰਮੁਖ ਉਹਦੇ ਦਰਸ਼ਨ ਕਰਦੇ ਉਹਨਾਂ ਨੂੰ ਹਾਜ਼ਰ ਨਾਜ਼ਰ ਦਿੱਤਾ ਅਨੁਭਵ ਕਰਦੇ ਆ। ਆਪੇ ਬਖਸ਼ੇ ਮੇਲ ਲੈ, ਜਦੋਂ ਉਹ ਪ੍ਰਭੂ ਬਖਸ਼ਿਸ਼ ਕਰਦਾ ਆ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਸੋ ਪ੍ਰਭ ਸਦਾ ਸੰਭਾਲ, ਜਿਹੜਾ ਐਸਾ ਪ੍ਰਭੂ ਕਿਰਪਾਲੂ ਹੈ ਵੀ ਉਹ ਗੁਰਮੁਖ ਨੂੰ ਆਪਣੇ ਇਹ ਦੁਰਭ ਦ੍ਰਿਸ਼ਟੀ ਵੀ ਦੇ ਦਿੰਦਾ, ਉਹਨੂੰ ਸਾਰੇ ਪਰਿਪੂਰਨ ਨਜ਼ਰ ਆਉਂਦਾ ਅਤੇ ਉਹਨਾਂ ਨੂੰ ਆਪਣੇ ਸਰੂਪ ਵਿੱਚ ਵੀ ਮਿਲਾ ਲੈਂਦਾ ਅਤੇ ਫਿਰ ਕਹਿੰਦੇ ਉਹਨੂੰ ਸਦਾ ਵਾਸਤੇ ਜਪੋ, ਹਰ ਵੇਲੇ ਸਿਮਰਨ ਕਰੋ, ਸੰਭਾਲੋ ਹਿਰਦੇ ਵਿੱਚ ਭਾਵ, ਉਹਦਾ ਹੀ ਧਿਆਨ ਰੱਖੋ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਰਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹੋਮੈ ਸ਼ਬਦ ਜਲਾਏ। ਕਹਿੰਦੇ ਮਨ ਮੈਲਾ ਆ ਮਾਇਆ ਮੋਹ ਵਿੱਚ ਵਿਕਾਰਾਂ ਵਿੱਚ, ਸੱਚਾ ਨਾਮ ਜੋ ਪ੍ਰਭੂ ਦਾ ਹੈ ਜਾਂ ਪ੍ਰਭੂ ਆਪ ਹੈ ਉਹ ਨਿਰਮਲਿਆ, ਫਿਰ ਉਹਦੇ ਨਾਲ ਮਿਲਾਪ ਕਿੱਦਾਂ ਹੋਵੇ? ਇੱਕ ਚੀਜ਼ ਮਾੜੀ ਆ ਉਹ ਚੰਗੀ 'ਚ ਥੋੜ੍ਹੀ ਪਾਈ ਜਾ ਸਕਦੀ, ਅਤੇ ਇਸ ਲਈ ਜਿੰਨਾ ਚਿਰ ਮਨ ਸ਼ੁੱਧ ਨਹੀਂ ਉਸ ਸੱਚ ਸਰੂਪ ਦੇ ਵਿੱਚ ਕਿੱਦਾਂ ਮਿਲਿਆ ਜਾਵੇ? ਨਹੀਂ ਮਿਲ ਸਕਦਾ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ, ਜੇ ਪ੍ਰਭੂ ਕਿਰਪਾ ਕਰ ਦੇਵੇ ਤਾਂ ਮਿਲਾਪ ਹੋ ਸਕਦਾ, ਪਰ ਉਹ ਵੀ ਤਾਂ ਹੋਮੈ ਸ਼ਬਦ ਜਲਾਏ, ਇਹ ਨਹੀਂ ਵੀ ਉੱਦਾਂ ਮਿਲਾ ਲਿਆ ਹੋਮੈ ਆਪਣੀ ਮਾਰ ਲਈ ਜਿਨ ਅਤੇ ਸ਼ਬਦ ਦੀ ਕਮਾਈ ਕੀਤੀ ਆ,
ਸ਼ਬਦ ਦੀ ਕਮਾਈ ਦੁਆਰਾ ਹੋਵੇ ਨੂੰ ਜਾਲ ਦਿੱਤਾ, ਉਹਨਾਂ ਦਾ ਮਿਲਾਪ ਹੋ ਗਿਆ। ਸੋ ਸੋ ਸੱਚਾ ਵਿਸਰੈ ਤਿਰਕ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਕੁਰਮਤੀ ਵਿਚਾਰ। ਸੋ 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 ਸੱਚਾ ਵਿਸਰੈ, ਜਿਸ ਨੂੰ ਉਹ ਪਰਮਾਤਮਾ ਪ੍ਰਭੂ ਜਿਹੜਾ ਹੈ ਸਾਰਿਆਂ ਦਾ ਦਾਤਾ, ਸਾਰਿਆਂ ਦਾ ਸੌ ਭਾਵ, ਸਾਰਿਆਂ ਦਾ ਰਿਜ਼ਕ ਦੇਣ ਵਾਲਾ, ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ, ਜਿਹਨੂੰ ਉਹ ਵਿਸਰ ਜਾਵੇ, ਕਹਿੰਦੇ ਧਿਰਗ ਜੀਵਨ ਸੰਸਾਰ, ਉਹਨਾਂ ਦਾ ਜੀਵਨ ਜਿਹੜਾ ਆ ਸੰਸਾਰ 'ਤੇ ਧਿਰ ਗਿਆ। ਉਹਨਾਂ ਦਾ ਖਾਧਾ ਪੀਤਾ ਸਭ ਕੁਛ ਧਿਰਗਾ ਤਿਆ, ਧਿਰਗ ਧਿਰਗ ਖਾਇਆ, ਧਿਰਗ ਧਿਰਗ ਅੰਗ ਕੱਪੜ ਅੰਗ ਚੜਾਇਆ। ਕਹਿੰਦੇ ਉਹਨਾਂ ਦਾ ਕੱਪੜੇ ਪਹਿਨਣੇ, ਖਾਣਾ ਪੀਣਾ ਵੀ ਧਿਰ ਗਿਆ, ਜੀਵਨ ਵੀ ਉਹਨਾਂ ਦਾ ਧਿਰ ਗਿਆ। ਨਜ਼ਰ ਕਰੇ ਤਾਂ ਨਜ਼ਰ ਕਰੇ ਨਾ ਵਿਸਰੇ, ਵਿਸਰੈ ਗੁਰਮਤੀ ਵਿਚਾਰ। ਜੇ ਪ੍ਰਭੂ ਦੀ ਨਜ਼ਰ ਹੋਵੇ, ਇਹ ਕਿਰਪਾ ਕਰ ਦੇਵੇ, ਕਦੀ ਪ੍ਰਭੂ ਦਾ ਨਾਮ ਨਾ ਵਿਸਰੇ, ਗੁਰਮਤ ਲੈ ਕੇ ਉਹਦੀ ਵਿਚਾਰ ਵਿੱਚ ਜੁੜਿਆ ਰਹੇ। ਸਤਿਗੁਰ ਮਿਲੇ ਤਾਂ ਮਿਲ ਰਹਾ, ਸਾਚ ਰੱਖਾ ਔਰ ਧਾਰ, ਮਿਲਿਆ ਹੋਏ ਨ ਵਿਛੜੈ ਗੁਰ ਕੈ ਹੇਤ ਪਿਆਰ। ਸਤਿਗੁਰ ਮੇਲੇ, ਜਿਹਨੂੰ ਸਤਿਗੁਰੂ ਦਾ ਮਿਲਾਪ ਹੋਇਆ ਤਾਂ ਮਿਲ ਰਹਾ। ਫਿਰ ਕਹਿੰਦੇ ਉਹ ਪ੍ਰਭੂ ਮਿਲਾਉਣ ਦੇ ਨਾਲ ਮਿਲਾਪ ਗੁਰੂ ਕਰਾਉਂਦਾ ਆ, ਅਤੇ ਤਾਂ ਪ੍ਰਭੂ ਦੇ ਨਾਲ ਮਿਲਾਪ ਹੋਇਆ, ਮਿਲ ਰਹਾ ਹੁਣ, ਮਿਲਿਆ ਕਦੇ ਨਾ ਵਿਛੜਿਆ। ਜਿਹੜਾ ਹਰ ਵੇਲੇ ਮਿਲ ਗਿਆ ਉਹਦੇ ਨਾਲ, ਸਾਥ ਰੱਖਾਂ ਅਰਧਾਰ, ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਾਂ। ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ। ਜਿਹੜਾ ਪ੍ਰਭੂ ਨਾਲ ਇੱਕ ਵਾਰੀ ਮਿਲ ਗਿਆ, ਉਹ ਮੁੜ ਕੇ ਫਿਰ ਵਿਛੜ ਨਹੀਂ ਸਕਦਾ। ਕਿਉਂ? ਉਹਦੇ ਹਿਰਦੇ ਵਿੱਚ ਗੁਰੂ ਦਾ ਇੰਨਾ ਪਿਆਰ ਆ ਗਿਆ, ਇੰਨਾ ਹੇਤ ਉਹਦੇ ਨਾਲ ਮੁਹੱਬਤ ਹੋ ਗਈ ਆ, ਹੁਣ ਕਹਿੰਦੇ ਉਹ ਵਿਛੜ ਕੇ ਜੀ ਨਹੀਂ ਸਕਦਾ। ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਕਹਿੰਦੇ ਫਿਰ ਸਲਾਹੀ ਆਪਣਾ ਫਿਰ ਪਤੀ ਪਰਮੇਸ਼ਰ ਦੀ ਸਿਰ ਤੋਂ ਸਲਾਹ ਕਰੋ, ਗੁਰ ਕੈ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਜੋ ਉਪਦੇਸ਼ ਮਿਲਿਆ ਉਸ ਵਿਚਾਰ ਵਿੱਚ ਆਪਣੇ ਜੀਵਨ ਨੂੰ ਰੱਖੋ। ਮਿਲ ਪ੍ਰੀਤਮ ਸੁਖ ਪਾਇਆ, ਕਹਿੰਦੇ ਜਿਹਦਾ ਮਿਲਾਪ ਉਸ ਪ੍ਰੀਤਮ ਪ੍ਰਭੂ ਨਾਲ ਹੋ ਗਿਆ, ਉਹ ਸੁੱਖਾਂ ਦੇ ਪ੍ਰਾਪਤੀ ਉਹਨੂੰ ਹੋਈ ਆ, ਅਤੇ ਹੋਰ ਕੀ ਹੋਇਆ, ਸੋਭਾ ਬੰਤੀ ਨਾਰ, ਉਹਨੂੰ ਸੁੱਖ ਵੀ ਪਾਇਆ ਪ੍ਰਭੂ ਨਾਲ ਮਿਲ ਕੇ, ਮਿਲਾਪ ਵੀ ਹੋ ਗਿਆ, ਮੁੜ ਕੇ ਜੰਮਣ ਮਰਨ ਦਾ ਦੁੱਖ ਵੀ ਨਹੀਂ ਦੇਖਣਾ, ਅਤੇ ਸੋਭਾ ਵੀ ਖੱਟ ਕੇ ਸੰਸਾਰ 'ਤੇ ਵੀ, ਅਤੇ ਅੱਗੇ ਦਰਗਾਹ ਵਿੱਚ ਵੀ ਸੋਭਾ ਬੰਤ ਹੋ ਗਿਆ। ਮਨਮੁਖ ਮਨ ਨਾ ਭੇਜੀ ਅਤ ਮੈਲੇ ਚਿੱਤ ਖਠੋਰ, ਸੱਪੈ ਦੁੱਧ ਧਿਆਈਐ ਅੰਦਰ ਵਿਸ ਨਕੋਰ। ਹੁਣ ਇੱਥੇ ਦੱਸਿਆ ਵੀ ਜਿਹੜੇ ਗੁਰਮੁਖਾਂ ਨੇ ਗੁਰੂ ਦੀ ਵਿਚਾਰ ਲੈ ਕੇ ਉਹ ਪਰਮਾਤਮਾ ਨਾਲ ਪਿਆਰ ਕੀਤਾ, ਉਹਦਾ ਸਿਮਰਨ ਕੀਤਾ, ਉਹ ਤਾਂ ਸੋਭਨੀਕ ਹੋ ਗਏ। ਇੱਥੇ ਦੁਨੀਆਂ 'ਚ ਵੀ ਉਹਨਾਂ ਦੀ ਸੋਭਾ ਹੁੰਦੀ, ਦਰਗਾਹ ਵਿੱਚ ਵੀ ਮਾਣ ਮਿਲਦਾ, ਪਰ ਹੁਣ ਲੱਗ ਗਏ ਗੱਲ ਕਰਨ ਮਨਮੁੱਖਾਂ ਦੀ, ਜਿਹੜੇ ਕਦੀ ਰੱਬ ਨਾਲ ਪਿਆਰ ਕਰਦੇ ਨਹੀਂ। ਰੱਬ ਨਾਲ ਤਾਂ ਕੀ ਕਰਦਾ, ਰੱਬ ਦੇ ਪਿਆਰਿਆਂ ਨਾਲ ਵੀ ਨਹੀਂ ਕਰਦੇ। ਜਿਉਂ ਜਿਉਂ
राम कहे जन ऊचे मनमुख डांस लगाए। कहिंदे जिदा जिदा राम दा नाम जपदे आ संत भगत गुरमुख उन्हां दी अवस्था होर उची जा रही है ते उन्हां दी संसार अंदर भी शोभा होर बढ़ रही है ते सुख भी भोग रहे हैं। पर मनमुख जिहड़े आ ਉਹ ਦੇਖ ਕੇ ਨਹੀਂ ਕਰਦੇ ਆਪ ਤਾਂ ਰਾਹ ਕੀ ਤੁਰਨਾ ਉਹਨਾਂ ਨੂੰ ਦੇਖ ਕੇ ਜਰਦੇ ਨੇ ਉਹਨਾਂ ਨੂੰ ਹੋਰ ਕਹਿੰਦੇ ਸੱਪ ਲੜਦਾ ਆ ਇਹਨੇ ਹੁਣ ਇੱਥੇ ਵੀ ਇਹ ਕਹਿੰਦੇ ਆ ਮਨਮੁਖ ਮਨ ਨਾ ਭੇਜੀ ਹੀ ਮਨਮੁਖ ਦਾ ਕਦੀ ਮਨ ਪ੍ਰਭੂ ਦੇ ਨਾਲ ਭੇਜਦਾ ਨਹੀਂ ਭਾਵ ਜੁੜਦਾ ਨਹੀਂ ਅੱਤ ਮੈਲੇ ਚਿੱਤ ਕਠੋਰ ਇਸ ਕਰਕੇ ਨਹੀਂ ਜੁੜਦਾ ਇਸ ਕਰਕੇ ਨਹੀਂ ਪਿਆਰ ਪ੍ਰਭੂ ਨਾਲ ਬਣਦਾ ਉਹ ਅੱਤ ਦੇ ਮੈਲੇ ਆ ਚਿੱਤ ਦੇ ਇੰਨੇ ਕਠੋਰ ਆ ਵੀ ਜਿੱਦਾਂ ਪੱਥਰ ਹੋਵੇ ਉਹਨਾਂ ਦੇ ਚਿੱਤ ਪੱਥਰ ਆ ਤੇ ਉਹਨਾਂ ਦੀ ਹਾਲਤ ਕਹਿੰਦੇ ਇਹ ਆ ਸੱਪੈ ਦੁੱਧ ਪਿਆਈਏ ਅੰਦਰ ਵਿਸ ਨੈਕੋਰ ਕਹਿੰਦੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਲਾ ਲਓ ਉਹ ਫਿਰ ਵੀ ਅੰਦਰੋਂ ਜ਼ਹਿਰ ਹੀ ਕੱਢੇਗਾ ਜ਼ਹਿਰ ਹੀ ਵਧੂਗੀ ਨਾ ਕਿ ਉਹਨਾਂ ਦੇ ਕੋਈ ਮਿਠਾਸ ਆਉਣੀ ਆ ਇਸੇ ਤਰ੍ਹਾਂ ਨਾਲ ਮਨਮੁੱਖਾਂ ਨਾਲ ਜਿੰਨੀ ਮਰਜ਼ੀ ਸਿੱਖਿਆ ਦੇ ਲਓ ਜਿੰਨਾ ਮਰਜ਼ੀ ਪਿਆਰ ਕਰ ਲਓ ਉਹ ਸੱਪ ਦੀ ਤਰ੍ਹਾਂ ਨਾਲ ਉਹ ਜ਼ਹਿਰ ਘੋਲਦੇ ਰਹਿਣਗੇ ਕਹਾਣੀ ਦੱਸਦੇ ਆ ਵੀ ਇੱਕ ਬੰਦੇ ਨੂੰ ਸੱਪ ਲੜਿਆ ਤੇ ਉਹ ਸੱਪ ਨੂੰ ਬਚਾਉਂਦਾ ਸੀ ਤੇ ਬਚਾਉਂਦਾ ਬਚਾਉਂਦਾ ਸੱਪ ਉਹਨੂੰ ਲੜ ਗਿਆ ਤੇ ਅੱਗ ਦੇ ਵਿੱਚ ਫਿਰ ਡਿੱਗ ਪਿਆ ਬੇ ਅੱਗ ਤੋਂ ਬਚਾਉਂਦਾ ਸੀ ਲੜ ਗਿਆ ਅੱਗ ਦੇ ਵਿੱਚ ਡਿੱਗ ਪਿਆ ਫਿਰ ਵੀ ਬੰਦਾ ਪਰਵਾਨ ਹੋਏ ਤੇ ਆਪਣੀ ਲੱਕੜੀ ਲਾ ਕੇ ਇੱਕ ਸੱਪ ਨੂੰ ਕੱਢ ਦਿੱਤਾ ਉਹਨੂੰ ਪਾਲਿਆ ਪਲੋਸਿਆ ਦੁੱਧ ਪਿਲਾਇਆ ਸਭ ਕੁਛ ਕੀਤਾ ਫਿਰ ਜਦ ਤਕੜਾ ਹੋ ਗਿਆ ਫਿਰ ਉਹਨੂੰ ਡੰਗ ਮਾਰਤਾ ਬੰਦਾ ਕਹਿੰਦਾ ਬੇਵਕੂਫ ਤਾਂ ਮੈਂ ਸੀ ਜਿਹਨੂੰ ਭੁਲਾਤਾ ਬਈ ਸੱਪ ਫਿਰ ਵੀ ਸੱਪੇ ਰਿਹਾ ਹਨਾ ਦਇਆ ਦੇ ਨਾਲ ਸੱਪ ਬਦਲਦਾ ਤੇ ਨਹੀਂ ਉਹ ਤਾਂ ਕਈ ਮਿਸਾਲਾਂ ਆ ਬਈ ਇਹ ਸੱਪ ਨੂੰ ਜਿੱਦਾਂ ਇੱਥੇ ਹੁਣ ਸਾਫ਼ ਲਿਖਿਆ ਹੈ ਬਈ ਜਿੰਨਾ ਮਰਜ਼ੀ ਪਿਆਰ ਕਰ ਲਓ ਤੇ ਜਿੰਨਾ ਮਰਜ਼ੀ ਉਹਨੂੰ ਦੁੱਧ ਪਿਲਾ ਲਓ ਉਹਦੇ ਅੰਦਰ ਜ਼ਹਿਰ ਨਹੀਂ ਨਿਕਲਣੀ ਇੱਦਾਂ ਮਨਮੁੱਖਾਂ ਦੇ ਮਨ ਕਦੀ ਪ੍ਰਭੂ ਦੇ ਪਿਆਰ ਵਿੱਚ ਨਹੀਂ ਆਉਂਦਾ ਮਿਲੇ ਹੁਣ ਕਰਕੇ ਪਰਚੇ ਤੋਂ ਉਹਨਾਂ ਦੇ ਪੱਥਰ ਵਰਗੇ ਆ ਗੁਰਮੁਖਾਂ ਦੇ ਚਿੱਤ ਹੈ ਮਹਾਰਾਜ ਕਹਿੰਦੇ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਪਾਣੀ ਵਿੱਚ ਲੀਕ ਕੱਢ ਦਿਓ ਉਹ ਪਾਣੀ ਉਸੇ ਵੇਲੇ ਮਿਟੇਗਾ ਪਾਣੀ ਨਾਲ ਉਹ ਮਿਟ ਜਾਏਗੀ ਉਸੇ ਵੇਲੇ ਜਿਹੜੇ ਗੁਰਮੁਖ ਜੇ ਉਹਨਾਂ ਦੇ ਮਨ ਅੰਦਰ ਸੰਕਲਪ ਕੋਈ ਆਉਂਦਾ ਵੀ ਆ ਉਹ ਨਾਮ ਜਲ ਦੇ ਨਾਲ ਉਸੇ ਵੇਲੇ ਸ਼ੁੱਧ ਮਨ ਹੋਇਆ ਹੁੰਦਾ ਉਹ ਭੁਲਾ ਦਿੰਦੇ ਆ ਜਿੱਦਾਂ ਉਹ ਲੀਕ ਮਿਟ ਗਏ ਉਹਨਾਂ ਦੇ ਅੰਦਰੋਂ ਵੀ ਉਹ ਖਿਆਲ ਮਿਟ ਗਿਆ ਪਰ ਦੂਏ ਪਾਸੇ ਕਹਿੰਦੇ ਜਿਹੜੇ ਮਨਮੁੱਖ ਆ ਉਹਨਾਂ ਦੀ ਲਕੀਰ ਪੱਥਰ 'ਤੇ ਆ ਸੱਪ ਵਰਗੇ ਆ ਮੂੰਹੋਂ ਤਾਂ ਮਿੱਠੇ ਹੁੰਦੇ ਆ ਸੱਪ ਨੂੰ ਤਾਂ ਬੰਦਾ ਦੇਖ ਕੇ ਪਛਾਣ ਅੰਦਰ ਇਹ ਤਾਂ ਸੱਪ ਆ ਪਰ ਗੁਰਮੁਖਾਂ ਤੇ ਮਨਮੁਖਾਂ ਦੇ ਵਿੱਚ ਪਛਾਣਨਾ ਬੜਾ ਔਖਾ ਜਿਹੜਾ ਇੱਥੇ ਕਿਹਾ ਵੀ ਉਹਨਾਂ ਦੇ ਮਨ ਮਿਲੇ ਆ ਚਿੱਤ ਉਹਨਾਂ ਦੇ ਪੱਥਰ ਵਰਗੇ ਕਠੋਰ ਆ ਤੇ ਉਹ ਜਿਹੜੇ ਬੰਦੇ ਆ ਇੱਦਾਂ ਦੇ ਮਨਮੁੱਖ ਉਹ ਚਾਹੇ ਮੂੰਹੋਂ ਮਿੱਠੇ ਬੋਲੀ ਜਾਣ ਪਰ ਮਨ ਉਹਨਾਂ ਦਾ ਜਿਹੜਾ ਇੰਨਾ ਕਠੋਰ ਹੁੰਦਾ ਉਹ ਕਿਸੇ ਦੇ ਨਾਲ ਲਿਹਾਜ਼ ਨਹੀਂ ਕਰਦੇ ਨਾ ਉਹਨਾਂ ਨੂੰ ਕੋਈ ਤਰਸ ਹੁੰਦਾ ਕਿ ਆਪ ਕਰੇ ਕਿਸ ਆਖੀਐ ਆਪੇ ਬਖਸਣ ਹਾਰ ਗੁਰ ਸਭ ਦੀ ਮਹਿਲ ਉਤਰਿਆ ਤਾਂ ਸੱਚ ਬਣਿਆ ਸੀ ਗਾਰ ਕਹਿੰਦੇ ਆਪ ਕਰੇ ਹੁਣ ਕਹੀਏ ਵੀ ਕਹਿਣੋ ਰਚਨਾ ਤਾਂ ਆਪ ਕੀਤੀ ਹੋਈ ਆ ਪ੍ਰਭੂ ਨੇ
ਹੁਣ ਆਪ ਹੀ ਕਿਰਪਾ ਕਿਸੇ ਨੂੰ ਕਰ ਦੇਵੇ ਤਾਂ ਬਖਸ਼ ਦੇਵੇ ਮਨਮੁਖ ਦਾ ਕਰਨੀ ਤਾਂ ਹੈ ਨਹੀਂ ਉਹ ਤਾਂ ਸੱਪ ਦੀ ਤਰ੍ਹਾਂ ਨਾਲ ਆ ਪਰ ਕਹਿੰਦੇ ਜੇ ਆਪ ਕਿਰਪਾ ਕਰ ਦੇਵੇ ਤਾਂ ਬਖਸ਼ੇ ਜਾ ਸਕਦੇ ਗੁਰ ਸਾਹਿਬ ਦੀ ਮਹਿਲ ਉਤਰੇ ਉਹ ਵੀ ਤਾਂ ਬਖਸ਼ੇ ਜਾਣਗੇ ਗੁਰੂ ਤੋਂ ਉਪਦੇਸ਼ ਲੈਣ ਅਤੇ ਫਿਰ ਨਾਮ ਦੀ ਕਮਾਈ ਕਰਨ ਉਹਦੇ ਨਾਲ ਅੰਦਰਲੀ ਮੈਲ ਜਿਹੜੀ ਸੀ ਅੱਤ ਮੈਲੇ ਜਿਹੜੇ ਲਿਖਿਆ ਉੱਪਰ ਉਹ ਫਿਰ ਮੈਲ ਕਹਿੰਦੇ ਉਤਰਨੀ ਸ਼ੁਰੂ ਹੁੰਦੀ ਆ ਤਾਂ ਸੱਚ ਬਣਿਆ ਸ਼ਿੰਗਾਰ ਫਿਰ ਸੱਚੇ ਪ੍ਰਭੂ ਦੇ ਨਾਮ ਨਾਲ ਪਿਆਰ ਬਣਿਆ ਅਤੇ ਉਹ ਉਹਨਾਂ ਦਾ ਹੁਣ ਸੋਭਾ ਲੋਕਾਂ ਦੀ ਦਾ ਸ਼ਿੰਗਾਰ ਬਣ ਗਿਆ ਸੋਭਾ ਹੋਣ ਲੱਗ ਗਈ ਸੱਚਾ ਸਾਉ ਸੱਚੇ ਬਣ ਜਾ ਰਹੇ ਉੱਥੇ ਕੂੜੇ ਨਾ ਟਿਕਣ ਆਉਣਾ ਸੱਚ ਨਾ ਪਾਵੇਈ ਦੁੱਖ ਹੀ ਮਾਹੇ ਪਛਾਣ ਕਹਿੰਦੇ ਸੱਚਾ ਪਰਮਾਤਮਾ ਸ਼ਾਹ ਹੈ ਸੱਚੇ ਬਣ ਜਾ ਰਹੇ ਜਿਹੜੇ ਸੱਚੇ ਪ੍ਰਭੂ ਦੇ ਚਰਨੀ ਲੱਗ ਕੇ ਉਹਦੇ ਨਾਮ ਨੂੰ ਗ੍ਰਹਿਣ ਕਰਦੇ ਆ ਅਤੇ ਇਕੱਠਾ ਕਰਦੇ ਜਪ ਜਪ ਕੇ ਉਹ ਬਣ ਜਾ ਰਹੇ ਉਹ ਨਾਮ ਨੂੰ ਖਰੀਦਣ ਵਾਲੇ ਉਹ ਤਾਂ ਕਹਿੰਦੇ ਨਾਮ ਇਕੱਠਾ ਕਰੀ ਜਾਂਦੇ ਆ ਪਰ ਉੱਥੇ ਕੂੜਾ ਨਾ ਟਿਕਾਣ ਜਿਹਨਾਂ ਦੇ ਮਨਾਂ ਵਿੱਚ ਝੂਠ ਹੀ ਝੂਠ ਆ ਉਹ ਕਦੀ ਬੈਠ ਨਹੀਂ ਸਕਦੇ ਉਹਨਾਂ ਦੇ ਨਾਲ ਉਹ ਕਿਉਂਕਿ ਉਹ ਮਿਲੇ ਆ ਗੁਰਮੁਖ ਜਿਹੜੇ ਆ ਨਾਮ ਦੇ ਨਾਲ ਸ਼ੁੱਧ ਹਿਰਦੇ ਆ ਤਾਂ ਉਹ ਨਾਮ ਦੇ ਨਾਮ ਨੂੰ ਹੀ ਖਰੀਦਦੇ ਆ ਨਾਮ ਦਾ ਬਣਜ ਕਰਦੇ ਆ ਉਹ ਬਣਜਾਰੇ ਰਾਮ ਕੇ ਆ ਉਹਨਾਂ ਸੱਚ ਨਾ ਭਾਵੀ ਜਿਹੜੇ ਕੂੜੇ ਉੱਥੇ ਕਿਉਂ ਨਹੀਂ ਮਨਮੁੱਖ ਟਿਕਦੇ ਕਹਿੰਦੇ ਉਹਨਾਂ ਸੱਚ ਨਾ ਭਾਵੀ ਉਹਨਾਂ ਨੂੰ ਸੱਚਾ ਨਹੀਂ ਸੱਚ ਨਹੀਂ ਚੰਗਾ ਲੱਗਦਾ ਦੁੱਖ ਹੀ ਮਾਹੇ ਪਛਾਣ ਬਸ ਇਸ ਕਰਕੇ ਜਿੰਨਾ ਚਿਰ ਸੱਚ ਨਾਲ ਨਹੀਂ ਜੁੜਦੇ ਸੱਚ ਚੰਗਾ ਨਹੀਂ ਲੱਗਦਾ ਉਹ ਦੁੱਖਾਂ ਵਿੱਚ ਪਚ ਪਚ ਕੇ ਮਰਦੇ ਆ ਪਚ ਪਚ ਕੇ ਦੁਖੀ ਹੋ ਹੋਮੈ ਮੈਲਾ ਜਗ ਫਿਰੈ ਮਿਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਕਹਿੰਦੇ ਹੋਮੈ ਨੇ ਮਨ ਇਸ ਪੂਰੇ ਸੰਸਾਰ ਨੂੰ ਕਹਿਤਾ ਹੋਮੈ ਮੈਲਾ ਜਗ ਫਿਰੈ ਹੋਮੈ ਦੇ ਕਰਕੇ ਸੰਸਾਰ ਸਾਰਾ ਜਗਤ ਮੈਲਾ ਹੋਇਆ ਇਸੇ ਕਰਕੇ ਕਹਿੰਦੇ ਮਰ ਜੰਮੈ ਵਾਰੋ ਵਾਰ ਜੰਮਦਾ ਅਤੇ ਮਰਦਾ ਵਾਰ ਵਾਰ ਪੈ ਕਿਰਤ ਕਮਾਵਣਾ ਜਿਹੋ ਜਿਹਾ ਕਰਮ ਕੀਤਾ ਉਹਨਾਂ ਨੇ ਉਹ ਜਿਹਾ ਦੂਸਰਾ ਕੋਈ ਨਾ ਮੇਟਣ ਹਾਰ ਉਹ ਕਰਮ ਉਹਨਾਂ ਦੇ ਲਿਖੇ ਗਏ ਉਹ ਲਿਖੇ ਕਰਮ ਹੁਣ ਕੋਈ ਮੇਟਣ ਹਾਰ ਨਹੀਂ ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਕਹਿੰਦੇ ਜਿਹੜੇ ਸੰਤਾਂ ਦੀ ਸੰਗਤ ਕਰਦੇ ਆ ਸੰਤਾਂ ਸੰਗਤ ਮਿਲ ਰਹਿ ਸੰਤਾਂ ਦੀ ਸੰਗਤ ਮਿਲ ਕੇ ਰਹਿੰਦੇ ਆ ਤਾਂ ਸੱਚ ਲੱਗੇ ਪਿਆਰ ਉਹਨਾਂ ਦਾ ਸੱਚੇ ਪ੍ਰਭੂ ਨਾਲ ਅਤੇ ਨਾਮ ਨਾਲ ਗੁਰੂ ਨਾਲ ਪਿਆਰ ਬਣਦਾ ਸੱਚ ਸਲਾਹੀ ਸੱਚ ਮਨ ਜਿਹੜਾ ਸੱਚ ਨੂੰ ਸਲਾਹੁੰਦਾ ਆ ਸਿਮਰਨ ਕਰਦਾ ਆ ਵਿਚਾਰ ਕਰਦਾ ਆ ਉਹ ਕਹਿੰਦੇ ਮਨ ਵੀ ਸੱਚਾ ਹੋ ਜਾਂਦਾ ਅਤੇ ਜਦੋਂ ਮਨ ਸੱਚਾ ਸੱਚ ਨੂੰ ਗ੍ਰਹਿਣ ਕਰ ਲਵੇ ਸੱਚ ਦੀ ਪ੍ਰਾਪਤੀ ਕਰ ਲਵੇ ਦਰ ਸੱਚਾ ਸਚਿਆਰ ਉਹ ਫਿਰ ਕਹਿੰਦੇ ਉਸ ਪ੍ਰਭੂ ਦੇ ਦਰ 'ਤੇ ਵੀ ਜਾ ਕੇ ਸਚਿਆਰ ਸਿੱਖ ਕਹੇ ਜਾਂਦੇ ਆ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੂੜ ਆਰਾਂ ਚਿੱਤ ਅਰਦਾਸ ਉਹ ਇੱਥੇ ਵੀ ਸਤਿਗੁਰੂ ਦੀ ਸੰਗਤ ਵਿੱਚ ਸਤਿਗੁਰੂ ਦੇ ਨਾਲ ਜੁੜੇ ਰਹਿੰਦੇ ਆ ਅਤੇ ਅੱਗੇ ਦਰਗਾਹ ਵਿੱਚ ਵੀ ਸਚਿਆਰ ਮੰਨੇ ਜਾਂਦੇ ਆ ਪਰ ਜਿਹੜੇ ਮਨਮੁੱਖ ਆ
ਉਹਨਾਂ ਦਾ ਕਹਿੰਦੇ ਉੱਥੇ ਸੱਚ ਵਰਤਦਾ ਕੂੜ ਆਰਾਂ ਚਿੱਤ ਅਰਦਾਸ ਕੂੜ ਆਰ ਕੂੜੀ ਜਾਏ ਰਲੇ ਜਿੱਦਾਂ ਲਿਖਿਆ ਉਹ ਤਾਂ ਉਹਨਾਂ ਨੂੰ ਤਾਂ ਉੱਦਾਂ ਦੇ ਹੀ ਠੱਗ ਚੋਰ ਨਿੰਦਕ ਬੁਰਾਈਆਂ ਸੋਚਣ ਵਾਲੇ ਜਾਂ ਬੁਰੀਆਂ ਗੱਲਾਂ ਕਰਨ ਵਾਲੇ ਚੰਗੇ ਲੱਗਦੇ ਆ ਉੱਥੇ ਸੰਗਤ ਵਿੱਚ ਕਿਸੇ ਕਾਰਨ ਆਉਣਾ ਪੈ ਜਾਏ ਉਹਨਾਂ ਦਾ ਮਨ ਉੱਥੋਂ ਉਦਾਸ ਹੁੰਦਾ ਕਹਿੰਦੇ ਕਿਹੜੇ ਕੋਈ ਨਾ ਕੋਈ ਬਹਾਨਾ ਲਾ ਕੇ ਇੱਥੋਂ ਨੱਠੀਏ ਪਰ ਇੱਥੇ ਉਹਨਾਂ ਨੇ ਤਨ ਮਨ ਕਿੱਥੇ ਸੀ ਸਤਾ ਸੰਗਤ ਮਿਲ ਰਿਹਾ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਸੰਤਾਂ ਸੰਗਤਾਂ ਸੱਚ ਉਹ ਦਰਗਾਹ ਵਿੱਚ ਸਚਿਆਰ ਸਿੱਖ ਕਹੇ ਜਾਂਦੇ ਆ ਕਿਉਂਕਿ ਗੁਰ ਪੂਰੇ ਪੂਰੀ ਮਤ ਹੈ ਐਨ ਇਸ ਨਾਮ 'ਤੇ ਆਏ ਜੋ ਗੁਰੂ ਨੇ ਉਪਦੇਸ਼ ਦਿੱਤਾ ਉਹ ਪੂਰੀ ਮਤ ਆ ਗੁਰੂ ਦੀ ਉਸਨੇ ਸਾਡੇ ਭਲੇ ਲਈ ਜੋ ਵੀ ਸਿੱਖਿਆ ਦਿੱਤੀ ਆ ਉਹ ਸਾਡੇ ਭਲੇ ਲਈ ਦਿੱਤੀ ਆ ਐਨ ਇਸ ਨਾਮ 'ਤੇ ਆਏ ਐਨ ਪੂਰੇ ਪਿਆਰ ਵਿੱਚ ਪਰ ਡੈਡੀ ਜਿਹੜਾ ਪਹਿਲਾਂ ਸੰਤ ਸੰਗਤ ਮਿਲ ਰਿਹਾ ਤਾਂ ਸੱਚ ਲੱਗਿਆ ਪਿਆਰ ਹੈ ਤਾਂ ਇਹ ਨਹੀਂ ਮਤਲਬ ਵੀ ਅਸੀਂ ਸੰਤਾਂ ਦੇ ਨਾਲ ਸੰਗਤ ਕਰਕੇ ਫਿਰ ਸਾਡਾ ਪਿਆਰ ਸੱਚਾਈ ਦੇ ਨਾਲ ਹੋ ਜਾਊਗਾ ਇਹ ਹੀ ਹੈ ਸੰਤਾਂ ਸੰਗਤ ਹਨਾ ਤਾਂ ਫਿਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਤਾਂ ਫਿਰ ਅਸੀਂ ਜਦੋਂ ਮਨ ਸਾਡਾ ਸੰਤਾਂ ਦੀ ਸੰਗਤ ਵਿੱਚੋਂ ਪਰਮਾਤਮਾ ਨਾਲ ਪਿਆਰ ਬਣ ਗਿਆ ਸੱਚ ਨਾਲ ਜੁੜ ਗਏ ਅਸੀਂ ਫਿਰ ਸੱਚ ਦੀ ਹਰ ਵੇਲੇ ਅਸੀਂ ਗੱਲ ਕਰਨੀ ਹੈ ਤੇ ਫਿਰ ਸੱਚ ਜਿਹਨੇ ਮਨ ਵਿੱਚ ਵਸਦਾ ਹੈ ਜਿਹਦੇ ਉਹ ਉਸ ਦਰਗਾਹ ਵਿੱਚ ਸਚਿਆਰ ਮੰਨੇ ਜਾਂਦੇ ਆ ਗੁਰ ਪੂਰੇ ਗੁਰਪੂਰੇ ਪੂਰੀ ਮਤ ਹੈ ਅਹਿਨ ਇਸ ਨਾਮ ਤੇ ਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਖਾਏ ਕਹਿੰਦੇ ਗੁਰੂ ਪੂਰੇ ਦੀ ਮਤ ਵੀ ਪੂਰੀ ਆ ਇਸ ਲਈ ਉਹਨੂੰ ਐਨ ਇਸ ਪੂਰੇ ਪ੍ਰੇਮ ਦੇ ਵਿੱਚ ਉਹਦਾ ਨਾਮ ਜਪਣਾ ਚਾਹੀਦਾ ਆ ਹੋਮੈ ਮੇਰਾ ਵੱਡ ਰੋਗ ਹੈ ਜਿਹੜੀ ਹੋਮੈ ਆ ਇਹ ਸਭ ਤੋਂ ਵੱਡਾ ਰੋਗ ਆ ਇੱਕ ਇਸ ਨਾਲ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਆਨੰਦ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਉਹ ਤ੍ਰਿਸ਼ਨਾ ਇਹ ਹੋਮੈ ਕਹੀ ਆ ਤ੍ਰਿਸ਼ਨਾ ਦਾ ਵੀ ਵੱਡਾ ਰੋਗ ਆ ਹੋਮੈ ਮੇਰਾ ਆਹ ਮੇਰਾ ਆ ਆਹ ਮੇਰਾ ਆ ਉਹਦਾ ਹੰਕਾਰ ਕਰਨਾ ਇਹ ਕਹਿੰਦੇ ਇੱਕ ਵੱਡਾ ਰੋਗ ਆ ਵਿੱਚੋਂ ਠਾਕ ਰਹਾਏ ਇਹਨੂੰ ਕੱਢਣਾ ਚਾਹੀਦਾ ਆ ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆਗੈ ਧਰੀ ਵਿੱਚੋਂ ਆਪ ਗਵਾਏ ਕਹਿੰਦੇ ਗੁਰੂ ਦੀ ਸਿਫਤ ਤੋਂ ਸਲਾਹ ਆਪਣੇ ਗੁਰੂ ਦੀ ਹਰ ਵੇਲੇ ਕਰਨੀ ਚਾਹੀਦੀ ਹੈ ਅਤੇ ਨੀਵੇਂ ਹੋ ਕੇ ਨਿਮਰਤਾ ਵਿੱਚ ਪੈਰੀ ਲੱਗ ਪੈਣਾ ਚਾਹੀਦਾ ਆ ਤਨ ਮਨ ਤਨ ਕਰਕੇ ਮਨ ਕਰਕੇ ਆਪਾ ਭਾਵ ਸੌਂਪੀ ਆਗੇ ਧਰੀ ਇਹ ਗੁਰੂ ਦੇ ਅਰਪਣ ਕਰ ਦੇਣਾ ਚਾਹੀਦਾ ਵਿੱਚੋਂ ਆਪ ਗਵਾਏ ਆਪਾ ਭਾਵ ਵਿੱਚੋਂ ਗਵਾ ਦੇਵੇ ਆਪਾ ਭਾਵ ਨਾ ਰੱਖੇ ਸਭ ਕੁਛ ਗੁਰੂ ਦਾ ਸਮਝੇ ਖਿੰਚੋ ਤਾਣ ਵਗੂਚੀਐ ਏਕ ਸਿਉਂ ਲਿਬਲਾਏ ਹੋਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਕਹਿੰਦੇ ਖਿੰਚੋ ਤਾਣ ਵਗੂਚੀਐ ਏਕ ਸਿਉਂ ਲਿਬਲਾਏ ਕਹਿੰਦੇ ਜੇ ਦੋ ਪਾਸੇ ਪੈਰ ਬੰਦਾ ਰੱਖੇ ਉਹ ਕਿਸੇ ਟਿਕਾਣੇ ਨਹੀਂ ਪਹੁੰਚ ਸਕਦਾ ਦੋ ਬੇੜੀਆਂ 'ਚ ਪੈਰ ਰੱਖਣਾ ਚਾਹੀਦਾ ਕਿਹੜੀ ਬੇੜੀ 'ਚ ਪਾਰ ਲੰਘੇਗਾ ਇੱਦਾਂ ਹੀ ਇੱਕ ਪਾਸੇ ਸੰਸਾਰ ਦੀ ਮਾਇਆ 'ਚ ਜੀਵ ਫਸਿਆ ਆ ਦੂਏ ਪਾਸੇ ਨਾਮ ਜਪਣਾ ਮੰਗਦਾ ਆ
ਫੈਸਲਾ ਕਰਨਾ ਚਾਹੀਦਾ ਕਿ ਮੈਂ ਕਿਹੜਾ ਕੰਮ ਕਰਾਂ। ਗੁੱਚੀਏ ਦੇ ਵਿੱਚ ਤਾਂ ਫਸਲ ਦੁਖੀ ਹੋਣ ਦਾ ਹੋਇਆ, ਠੀਕ ਹੈ। ਡਾਮਾਡੋਲ ਆਪਣੇ ਜਦੋਂ ਤੁਸੀਂ ਕਹਿੰਦੇ ਦੁਪਹਿਰ ਦੋ ਖੁਆਰ ਹੋਈ ਦਾ ਖੁਆਰ ਗੁੱਛੀ ਨੂੰ ਖੁਆਰ ਹੋਇਆ, ਖੁਆਰ ਠੀਕ ਹੈ। ਇੱਕ ਸਿਉਂ ਦੇ ਬੁਲਾਏ ਤੇ ਇਹ ਜਿਹੜਾ ਡਾਵਾਂ ਡੋਲ ਪਨ ਖਿੰਚੋ ਤਾਣ, ਕਦੀ ਕਿਸੇ ਪਾਸੇ ਨੂੰ ਸੋਚਣਾ, ਕਦੀ ਕਿਸੇ ਪਾਸੇ ਨੂੰ ਸੋਚਣਾ, ਉਹਦੇ ਚ ਖੁਆਰ ਦੁਖੀ ਹੋਣਾ ਤੇ ਇਹ ਛੱਡ ਦੇਣਾ ਚਾਹੀਦਾ। ਇੱਕ ਸਿਉਂ ਦੇ ਬੁਲਾਏ ਇਧਰਲਾ ਪੱਖ ਤਿਆਗ ਦਿਓ, ਪ੍ਰਭੂ ਨਾਲ ਲੈ ਬੁਲਾ ਲਓ। ਹੋਵੇ ਮੇਰਾ ਛੱਡ ਤੂੰ ਜਿਹੜਾ ਤੂੰ ਕਹਿੰਦਾ ਆਹ ਮੇਰਾ ਆਹ ਮੇਰਾ ਆਹ ਮੈਂ ਬਣਾਇਆ, ਫਿਰ ਉਹਦਾ ਮਾਣ ਕਰਦਾ ਹੰਕਾਰ ਕਰਦਾ, ਇਹਨੂੰ ਕਹਿੰਦੇ ਛੱਡ ਦੇ। ਸੱਚ ਰਹੇ ਸਮਾਏ, ਇਹਨੂੰ ਛੱਡ ਦੇਂਗਾ ਤਾਂ ਸੱਚੇ ਪ੍ਰਭੂ ਵਿੱਚ ਜੁੜ ਕੇ ਨਾਮ ਵਿੱਚ ਸਮਾ ਜਾਏਗਾ। ਸਤਿਗੁਰ ਨੋ ਮਿਲੇ ਸੇ ਪਾਹਿਰਾ, ਸੱਚ ਸ਼ਬਦ ਲਗਨ ਸੱਚ ਮਿਲੇ ਸੇ ਨ ਵਿਛੜੇ ਦਰ ਸੱਚੇ ਦਿਸਨ। ਸਤਿਗੁਰ ਨੂੰ ਮਿਲੇ ਸੇ ਪਾਹਿਰਾ, ਉਹ ਜਿਹੜੇ ਸਤਿਗੁਰੂ ਜਿਨ੍ਹਾਂ ਨੂੰ ਪ੍ਰਾਪਤੀ ਸਤਿਗੁਰੂ ਦਾ ਮਿਲਾਪ ਹੋਇਆ, ਉਹ ਕਹਿੰਦੇ ਪ੍ਰਭੂ ਨੂੰ ਵੀ ਪਾਵੇ। ਸੱਚੇ ਸ਼ਬਦ ਲਗਨ ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜੇ ਹੋਇਆ, ਸੱਚ ਮਿਲੇ ਸੇ ਨਾ ਵਿਛੜੇ, ਜਿਹੜੇ ਸੱਚੇ ਨਾਲ ਮਿਲਾਪ ਜਿਹਨਾਂ ਦਾ ਹੋ ਗਿਆ ਉਹਨਾਂ ਦਾ ਹੁਣ ਵਿਛੋੜਾ ਨਹੀਂ ਕਦੀ ਵੀ। ਦਰ ਸੱਚੇ ਦਰਸਨ, ਉਸ ਦਰ ਪ੍ਰਭੂ ਦੇ ਦਰਗਾਹ ਵਿੱਚ ਦਸਨ ਮਾਣ ਆਯੋਜਿਤ ਪਾਉਂਦੇ ਆ। ਸੇ ਭਾਈ ਸੇ ਸੱਜਣਾ, ਇੱਥੇ ਕੀ ਲਿਖਿਆ? ਇੱਥੇ ਲਿਖਿਆ ਆ ਵੀ ਜਿਹੜੇ ਸੱਚੇ ਪ੍ਰਭੂ ਦੇ ਵਿੱਚ ਮਿਲ ਜਾਂਦੇ ਆ ਉਹ ਫਿਰ ਕਦੇ ਜੁਦੇ ਨਹੀਂ ਹੋ ਸਕਦੇ, ਤੇ ਉਹਨਾਂ ਦਾ ਨਿਆਂ ਹੁੰਦਾ ਆ ਸੱਚੇ ਦਰਬਾਰ ਦੇ ਵਿੱਚ ਜਿਹੜਾ ਪ੍ਰਭੂ ਦਾ ਆ, ਵੀ ਉਹ ਨਿਆਂ ਹੁੰਦਾ ਫੈਸਲਾ ਹੁੰਦਾ ਵੀ ਉਹ ਸੱਚੇ ਆ ਰੱਬ ਦੇ ਦਰਬਾਰ ਦੇ ਵਿੱਚ, ਉਹਨਾਂ ਨੂੰ ਸੱਚੇ ਕਿਹਾ ਜਾਂਦਾ। ਕਾਹਦਾ? ਭਾਇਰਾ, ਉਹ ਉੱਪਰ ਭਾਈਆਂ ਨੂੰ ਬੇ ਭਰਾਵਾਂ ਨੂੰ ਬੇ ਮੇਰੇ ਭਾਈ ਜਿਹੜੇ ਕਿਸਮਤ ਦੇ ਭਾਈ ਆ, ਹਨਾ। ਹਾਂ, ਬੇ ਜਿਹੜੇ ਸੱਚੇ ਗੁਰੂ ਨੂੰ ਮਿਲਦੇ ਆ ਉਹ ਸਿੱਖ ਜਿਹੜੇ, ਆਹੋ, ਤਾਂ ਫਿਰ ਉਹ ਮੇਰੇ ਭਾਈ ਬਣ ਜਾਂਦੇ ਆ ਕਰਕੇ ਭਵਿੱਖ ਲਈ, ਹਨਾ, ਜਿੱਦਾਂ ਉਹਨਾਂ ਨੇ ਭਾਈ ਰਹਿਣਾ ਆ ਗੁਰਸਿੱਖ ਜਿਹੜੇ ਕਹਿਣਾ। ਹਾਂ, ਭਾਈ ਆ ਇਹ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ, ਅਵਗਣ ਵਿਕਣ ਪਲ ਰਨ ਗੁਣ ਕੀ ਸਾਜ ਕਰਨ। ਕਹਿੰਦੇ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ, ਸਾਡੇ ਉਹੋ ਹੀ ਭਾਈ ਆ, ਉਹੋ ਹੀ ਸੱਜਣ ਆ ਜਿਹੜੇ ਸੱਚਾ ਪ੍ਰਭੂ ਦੇ ਨਾਲ ਜੁੜ ਕੇ ਉਹਨੂੰ ਸੇਵਦੇ ਆ, ਸੇਵਾ ਸੇਵਨ ਵਿੱਚ ਰਹਿੰਦੇ ਆ। ਅਵਗੁਣ ਵਿਕਣ ਪਲਰਨ ਗੁਣ ਕੀ ਸਾਂਝ ਕਰਨ, ਔਗੁਣਾਂ ਨੂੰ ਤਿਆਗ ਦੇਣ ਅਤੇ ਸੱਚੇ ਗੁਣਾਂ ਦੇ ਨਾਲ ਸਾਂਝ ਜਿਹੜੇ ਕਰਨ, ਉਹੀ ਸਾਡੇ ਸੱਜਣੇ ਆ, ਉਹੀ ਸਾਡੇ ਭਾਈ ਆ। ਪਲਰਨ ਕੀ ਅਵਗੁਣ ਵਿਕਣ ਹੱਥ ਮੈਂ ਸਮਝ ਕੇ ਪਲਰਨ ਪ੍ਰਵਾਨ ਇੱਥੇ ਲਿਖਿਆ ਆ ਬਈ ਉਹ ਆਪਣੇ ਪਾਪ ਤੇ ਜਿਹੜੇ ਮਾੜੇ ਕੰਮ ਆ ਘਾਹ ਵਾਂਗੂ ਜਿੱਦਾਂ ਸਟਰਾ ਨਹੀਂ ਹੁੰਦਾ ਉਹ ਵੇਚ ਦਿੰਦੇ, ਫਿਰ ਭੱਜ ਲੈਣ ਕੋਈ ਘਾਹ ਦੀ ਗੱਲ ਹੈ। ਇੱਕ ਮਿੰਟ, ਮੈਂ ਇਹਨਾਂ ਦਾ ਲਿਖਿਆ ਦੇਖਦਾ। ਸਲਾਹ ਦੀ
ਬਾਣੀ ਲਗਨ ਚਿਤ ਜੋੜ ਤੇ ਹਨ ਸੱਚਾ ਪ੍ਰਭੂ ਦਰ ਸੱਚੇ ਸਗਾ ਥਿਰ ਪ੍ਰਭੂ ਦੇ ਦਰ ਤੇ ਸੇ ਉਹ ਮਨੁੱਖ ਸਵਨ ਸਮਰਦੇ ਵੇਖਣ ਵੇਖਣ ਨਾਲ ਅਵਗੁਣ ਵੇਖਣ ਔਗਣਾਂ ਦੇ ਇੱਕ ਜਾਲ ਨਾਲ ਜਾਣ ਨਾਲ ਪਲਰਨ ਫਲ ਪਲਰਨ ਪਲਰਨ ਦੇ ਫਲ ਪਲਰਨ ਦਾ ਇਹਨਾਂ ਨੇ ਕਿਹਾ ਵੀ ਉਹ ਪ੍ਰਫੁੱਲਤ ਹੁੰਦੇ ਆ ਤੇ ਕਾਮਯਾਬ ਕਾਮਯਾਬ ਹੁੰਦੇ ਠੀਕ ਹੈ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਣ ਸੱਚ ਵਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਣ ਕਿੰਨੀ ਲੈਣ ਤੇ ਛੱਬੀ ਪੱਚੀ ਕਰਕੇ ਹਟੇ ਅੱਛਾ ਪੱਚੀ ਕਰ ਲਈ ਹੈ ਹਾਂਜੀ ਪੱਚੀ ਤੋਂ ਗੁਣ ਕੀ ਸਾਂਝ ਬਿਲਕੁਲ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਬਣੰਜ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਣ ਕਹਿੰਦੇ ਗੁਣਾਂ ਦੇ ਨਾਲ ਸਾਂਝ ਕਰਨੀ ਚਾਹੀਦੀ ਭਾਵ ਗੁਣ ਗ੍ਰਹਿਣ ਕਰਨੇ ਚਾਹੀਦੇ ਆ ਉਹਨਾਂ ਦੁਆਰਾ ਫਿਰ ਸੁੱਖ ਪ੍ਰਾਪਤ ਹੁੰਦਾ ਅਤੇ ਨਾਲ ਕਹਿੰਦੇ ਸੱਚੀ ਭਗਤੀ ਵਿੱਚ ਜੁੜਨਾ ਚਾਹੀਦਾ ਕਰੇਨ ਜੋ ਸੱਚੀ ਭਗਤੀ ਪ੍ਰਭੂ ਦੀ ਸੱਚੀ ਬਾਣੀ ਨਾਲ ਸਿਮਰ ਨਾਲ ਜੁੜਦੇ ਆ ਉਹ ਹੀ ਸੱਚੀ ਭਗਤੀ ਆ ਸੱਚ ਬਣੰਜੈ ਗੁਰ ਸ਼ਬਦ ਸਿਉ ਗੁਰੂ ਦੇ ਉਪਦੇਸ਼ ਦੁਆਰਾ ਸੱਚ ਬਣੰਜੈ ਭਾਵ ਪ੍ਰਾਪਤ ਕਰੇ ਆਹੋ ਵਪਾਰ ਦਾ ਲਾਭ ਖੱਟਦੇ ਆ ਵਪਾਰ ਕਿਸੇ ਚੀਜ਼ ਦਾ ਕਰਦੇ ਆ ਗੁਰਮੁਖਾਂ ਦਾ ਕਰਨ ਹੈ ਨਾਮ ਦਾ ਵਪਾਰ ਕਰਨ ਜਿੱਥੋਂ ਪ੍ਰਾਪਤ ਹੁੰਦਾ ਉੱਥੇ ਹੀ ਸੰਗਤ ਵਿੱਚ ਜਾਣ ਸੱਚ ਬਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਣ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਸੱਚ ਨੂੰ ਪ੍ਰਾਪਤ ਕਰੇ ਅਤੇ ਨਾਮ ਜਪ ਕੇ ਲਾਹਾ ਲਵੇ ਲਾਹਾ ਨਾਮ ਲੈਣ ਸੁਹਿਨਾ ਰੁਪਾ ਪਾਪ ਕਰ ਕਰ ਸੰਚਿਆ ਚੱਲਿਆ ਨਾ ਚੱਲਦਿਆਂ ਨਾਲ ਵਿਨ ਨਾਵੇ ਨਾਲ ਨ ਚਲਸੀ ਸਭ ਮੁੱਠੀ ਜਮਕਾਲ ਕਹਿੰਦੇ ਚਾਹੇ ਸੋਨਾ ਹੈ ਚਾਹੇ ਚਾਂਦੀ ਆ ਇਹ ਕਹਿੰਦੇ ਪਾਪ ਦੀ ਕਮਾਈ ਆ ਕਰ ਕਰ ਸੰਚੀ ਹੈ ਪਾਪ ਕਰਮ ਹੁੰਦੇ ਆ ਵੀ ਕਿਸੇ ਨੂੰ ਧੋਖਾ ਚੋਰੀ ਜਾਂ ਹੋਰ ਮਾੜੇ ਕਰਮ ਕਰਕੇ ਇਕੱਠਾ ਕਰਨਾ ਉਹ ਕਹਿੰਦੇ ਸਾਰਾ ਸੋਨਾ ਕੀਤਾ ਚਾਹੇ ਚਾਹੇ ਚਾਂਦੀ ਕੀਤੀ ਆ ਇਹ ਪਾਪ ਕਰ ਕਰਕੇ ਇਕੱਠਾ ਕੀਤਾ ਦੂਜਾ ਪਾਪ ਇਹ ਆ ਵੀ ਜਿਹੜਾ ਮਨਮੁੱਖਾਂ ਦਾ ਨਾਲ ਆਪਣਾ ਜੀਵਨ ਨੂੰ ਜੋੜਨਾ ਗੁਰਮੁਖਾਂ ਤੋਂ ਦੂਰ ਰਹਿਣਾ ਉਹ ਸਾਰਿਆਂ ਤੋਂ ਵੱਡਾ ਪਾਪ ਗਿਣਿਆ ਜਾਂਦਾ ਤਾਂ ਉਹ ਸਿਰਫ ਇਹਨਾਂ ਚੀਜ਼ਾਂ ਨਾਲ ਪਿਆਰ ਕਰਦੇ ਮਨਮੁੱਖ ਸੋਨੇ ਚਾਂਦੀ ਪੈਸੇ ਨਾਲ ਅਤੇ ਇੱਦਾਂ ਪਾਪ ਕਰਮ ਕਰਕੇ ਇਕੱਠਾ ਕਰਦੇ ਆ ਪਰ ਚੱਲਣਾ ਨਾ ਚੱਲਦਿਆਂ ਨਾਲ ਇਹ ਸਾਰਾ ਇਕੱਠਾ ਕੀਤਾ ਕਰਾਇਆ ਧਨ ਮਾਲ ਜੋੜਿਆ ਸਭ ਪਿਆ ਪਰਾਇਆ ਉਹ ਸਾਰਾ ਪਰਾਇਆ ਹੋ ਜਾਂਦਾ ਇਸ ਲਈ ਨਾਲ ਜਾਣ ਵੇਲੇ ਨਹੀਂ ਜਾਣਾ ਬਿਨ ਨਾਵੇ ਨਾਲ ਨਾ ਚੱਲ ਸੀ ਬਿਨਾਂ ਨਾਮ ਤੋਂ ਕੋਈ ਵਸਤੂ ਨਾਲ ਨਹੀਂ ਜਾਂਦੀ ਸਭ ਮੁੱਠੀ ਜਮਕਾਲ ਸਾਰਾ ਜੋ ਬਾਕੀ ਕਰਮ ਕੀਤਾ ਹੋਇਆ ਸਾਡਾ ਇਹ ਤਾਂ ਜਮਾਂ ਨੇ ਰਾਹ ਵਿੱਚ ਹੀ ਲੁੱਟ ਲਿਆ ਦੁਰਗਾਤ
ਮਨ ਕਾ ਤੋਸਾ ਹਰ ਨਾਮ ਹੈ ਹਿਰਦਾ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਕਹਿੰਦੇ ਮਨ ਦਾ ਧਨ ਜਿਹੜਾ ਆ ਤੋਸਾ ਨਾਲ ਜਾਣ ਵਾਲਾ ਵਸਤੂ ਉਹ ਕਹਿੰਦੇ ਹਰੀ ਦਾ ਨਾਮ ਹੀ ਹੈ ਅਸੀਂ ਤੋਸਾ ਕਹਿੰਦੇ ਕਿਤੇ ਜਾਣਾ ਹੋਵੇ ਤਾਂ ਕੋਲ ਸਾਜੋ ਸਮਾਨ ਜਾਂ ਪੈਸਾ ਲੈ ਕੇ ਤੁਰਦੇ ਹਾਂ ਉਹ ਤੋਸਾ ਹੁੰਦਾ ਸਾਡਾ ਪਰ ਉਹ ਦਰਗਾਹ ਵਿੱਚ ਦੁਨੀਆਂ ਦੀ ਵਸਤੂ ਤਾਂ ਕੋਈ ਜਾ ਨਹੀਂ ਸਕਦੀ ਮਨ ਦੇ ਨਾਲ ਜਾਣ ਵਾਲੀ ਮਨ ਕਾ ਤੋਸਾ ਹਰ ਨਾਮ ਹੈ ਇਹ ਇਹਦਾ ਮਨ ਦਾ ਸਾਥ ਦੇਣ ਵਾਲਾ ਤੁਰ ਦਰਗਾਹ ਤੱਕ ਜਾਣ ਵਾਲਾ ਧਨ ਨਾਮ ਹੀ ਹੈ ਹਿਰਦੇ ਰੱਖੋ ਸੰਭਾਲ ਕਹਿੰਦੇ ਹਿਰਦੇ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਵ ਹੈ ਨਾਲ ਇਹੋ ਧਨ ਇਕੱਠਾ ਹੋਇਆ ਖਰਚਣ ਲਈ ਕਦੀ ਮੁੱਕਦਾ ਨਹੀਂ ਤੋਟ ਨਹੀਂ ਆਉਂਦੀ ਗੁਰਮੁਖਾਂ ਦੇ ਨਾਲ ਨਿਭਦਾ ਆ ਕਹਿੰਦੇ ਗੁਰਮੁਖ ਨਿਭ ਹੈ ਨਾਲ ਗੁਰਮੁਖਾਂ ਦੇ ਨਾਲ ਹੀ ਜਾਂਦਾ ਹੈ ਤੁਰ ਦਰਗਾਹ ਤੱਕ ਇਹ ਮਨ ਮੂਲੋ ਭੁੱਲਿਆ ਜਾਸੈ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਕਹਿੰਦੇ ਇਹ ਮਨ ਮੂਲੋਂ ਭੁੱਲਿਆ ਜੋ ਮੂਲ ਸਾਡਾ ਆਤਮਿਕ ਜੀਵਨ ਹੈ ਉਹ ਤਾਂ ਭੁੱਲ ਚੁੱਕਾ ਆ ਕਦੀ ਇਹਨੂੰ ਚੇਤੇ ਨਹੀਂ ਆਉਂਦਾ ਰੱਬ ਦਾ ਨਾਮ ਸਾਡਾ ਮੂਲ ਆ ਉਹ ਸਾਨੂੰ ਚੇਤੇ ਨਹੀਂ ਆਉਂਦਾ ਉਹ ਤੋਂ ਭੁੱਲ ਕੇ ਜਾਸੇ ਪਤ ਗਵਾਏ ਕਹਿੰਦੇ ਇੱਥੋਂ ਜਦੋਂ ਜਾਣਾ ਆ ਅੱਗੇ ਸਾਡਾ ਕੋਈ ਇੱਜ਼ਤ ਮਾਣ ਨਹੀਂ ਹੋਣਾ ਸਗੋਂ ਨਿਰਾਦਰ ਹੋਣਾ ਉਹ ਪਤ ਸਾਡੀ ਉੱਥੇ ਗਵਾ ਹੋਣੀ ਆ ਭਾਵ ਖੁਆਰ ਹੋਣਾ ਇਹੋ ਜਗਤ ਮੋਹੇ ਦੂਜਾ ਵਿਆਪਿਆ ਇਹ ਸਮੁੱਚਾ ਸੰਸਾਰ ਜਗਤ ਜਿਹੜਾ ਹੈ ਇਹ ਮਾਇਆ ਮੋਹ ਵਿੱਚ ਫਸਿਆ ਪਿਆ ਮੋਹੇ ਦੂਜੇ ਦਾ ਮਤਲਬ ਮਾਇਆ ਮੋਹ ਚ ਵਿਆਪਿਆ ਗੁਰਮਤੀ ਸੱਚ ਧਿਆਏ ਗੁਰੂ ਦੀ ਮਤ ਲੈਣੀ ਚਾਹੀਦੀ ਆ ਲੈ ਕੇ ਤਾਂ ਸੱਚਾ ਨਾਮ ਦਾ ਸਿਮਰਨ ਕਰਨਾ ਚਾਹੀਦਾ ਭਜਨ ਕਰਨਾ ਚਾਹੀਦਾ ਹਰ ਕੀ ਕੀਮਤ ਨ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਹਰੀ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ ਨਾ ਉਹਦਾ ਜਸ ਲਿਖਿਆ ਜਾ ਸਕਦਾ ਕਿਉਂਕਿ ਉਹਦਾ ਕਬੀਰ ਸਾਹਿਬ ਕਹਿੰਦੇ ਆ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ ਵਸੁਧਾ ਕਾਗਜ਼ ਜਿਉਂ ਕਰੋ ਹਰ ਜਸ ਲਿਖਣ ਨਾ ਜਾਏ ਕਹਿੰਦੇ ਹਰ ਜਸ ਲਿਖਣ ਨਾ ਜਾਏ ਉਹ ਤਾਂ ਹਾਂ ਸੱਤ ਸਮੁੰਦਰ ਜਿਹੜੇ ਆ ਉਹਨਾਂ ਦੀ ਸਾਰੀ ਸ਼ਾਹੀ ਬਣ ਜਾਏ ਉਹ ਸ਼ਾਹੀ ਦੇ ਹੋਣ ਸਾਰਾ ਜੰਗਲ ਵੱਢ ਕੇ ਉਹਦੀਆਂ ਕਲਮਾਂ ਘੜ ਲਈਆਂ ਜਾਣ ਤੇ ਧਰਤੀ ਸਾਰੀ ਨੂੰ ਕਾਗਜ਼ ਬਣਾ ਲਿਆ ਜਾਵੇ ਉਸ ਪ੍ਰਭੂ ਦਾ ਜਸ ਫਿਰ ਵੀ ਨਹੀਂ ਲਿਖ ਸਕਦੇ ਇੱਕ ਥੈ ਆਉਂਦਾ ਹੈ ਲਿਖਣ ਨੂੰ ਹੋਏ ਪਵਨ ਉਹ ਲਿਖਣ ਵਾਸਤੇ ਵੀ ਇੰਨੀ ਤੇਜ਼ ਲਿਖਾਈ ਹੋਵੇ ਜਿੱਦਾਂ ਹਵਾ ਚੱਲਦੀ ਹੈ ਹਵਾ ਦੀ ਡਿਊਟੀ ਲੱਗ ਗਈ ਲਿਖਣ ਦੀ ਜੇ ਲੱਗ ਜਾਏ ਤਾਂ ਹਵਾ ਕਿੰਨੀ ਤੇਜ਼ ਹੈ ਕਿੰਨਾ ਲਿਖ ਸਕਦੀ ਤੇਜ਼ ਪਰ ਉਹ ਵੀ ਨਹੀਂ ਲਿਖ ਸਕਦੀ
ਗੁਰ ਕੈ ਸ਼ਬਦ ਮਨ ਤਨ ਰਪੈ। ਜੇ ਗੁਰੂ ਦੇ ਸ਼ਬਦ ਨਾਲ ਮਨ ਕਰਕੇ ਤਨ ਕਰਕੇ ਜੁੜ ਜਾਏ, ਹਰ ਸਿਉਂ ਰਹੇ ਸਮਾਏ, ਫਿਰ ਉਸ ਹਰੀ ਪਰਮਾਤਮਾ ਵਿੱਚ ਸਮਾਇਆ ਸੁਰਤ ਇੱਥੇ ਵੀ ਸਮਾਈ ਰਹਿੰਦੀ ਆ ਅਤੇ ਉਹਦੇ ਸਰੂਪ ਵਿੱਚ ਅੰਤ ਨੂੰ ਜਾ ਕੇ ਸਮਾ ਜਾਂਦੀ ਆ। ਸੋ ਹੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ, ਕਾਮਣ ਰੰਗ ਤਾਂ ਚੜ੍ਹੇ ਜਾ ਫਿਰ ਕੈ ਅੰਕ ਸਮਾਏ। ਕਹਿੰਦੇ ਸੋ ਸੋ ਉਹ ਜੋ ਪਰਮਾਤਮਾ ਹੈ ਮੇਰਾ ਰੰਗਲਾ, ਉਹਦੇ ਰੰਗਾਂ ਦਾ ਭੇਦ ਨਹੀਂ ਅਸੀਂ ਪਾ ਸਕਦੇ, ਕਿੰਨੇ ਕੁ ਖੇਲ ਉਹ ਬਣਾ ਰਿਹਾ ਹੈ। ਰੰਗੇ ਸਹਿਜ ਸੁਭਾਏ, ਉਹਦੇ ਪਿਆਰ ਵਿੱਚ ਉਹ ਵੀ ਰੰਗੇ ਗਏ ਜਿਨ੍ਹਾਂ ਨੇ ਸਹਿਜ ਅਵਸਥਾ ਪ੍ਰਾਪਤ ਕਰਕੇ ਉਹਦੇ ਨਾਲ ਪਿਆਰ ਕੀਤਾ। ਕਾਮਣ ਰੰਗ ਤਾਂ ਚੜ੍ਹੇ, ਇਸ ਕਾਮਣ ਰੂਪੀ ਗੁਰਮੁਖ ਕਹਿ ਲਈਏ ਜਾਂ ਇਸਤਰੀ ਕਹਿ ਲਈਏ, ਉਹਨੂੰ ਪਿਆਰ ਦਾ ਰੰਗ ਤਾਂ ਚੜ੍ਹ ਸਕਦਾ ਜਾਂ ਫਿਰ ਕੇ ਅੰਕ ਸਮਾਏ, ਜਿਹੜੇ ਪਿਆਰ ਵਿੱਚ ਪ੍ਰਭੂ ਦੇ ਹਰ ਵੇਲੇ ਸਮਾਏ ਉਹਦੇ ਗਲੇ ਲੱਗੇ ਰਹਿੰਦੇ ਆ। ਚਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਨ, ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨ ਖੁੱਟੇਈ ਹਰ ਗੁਣ ਸਹਿਜ ਰਵਨ। ਚਿਰਾਂ ਦੇ ਵਿਛੜੋ, ਪਤਾ ਨਹੀਂ ਅਸੀਂ ਕਿੰਨੀਆਂ ਜਨਮਾਂ ਦੇ ਪ੍ਰਭੂ ਤੋਂ ਵਿਛੜ ਕੇ ਜਨਮ ਧਾਰਦੇ ਚਲੇ ਆਉਂਦੇ ਹਾਂ। ਇਸ ਤਰ੍ਹਾਂ ਨਾਲ ਖਰਿਆ ਕਿੰਨੇ ਚਿਰ ਤੋਂ ਵਿਛੋੜਾ ਆ ਸਾਡਾ। ਕਹਿੰਦੇ ਚਿਰਾਂ ਦੇ ਵਿਛੜੋ ਵੀ ਅਸੀਂ ਮਿਲ ਸਕਦੇ ਹਾਂ ਜੋ ਸਤਿਗੁਰ ਸੇਵਨ, ਜੋ ਸਤਿਗੁਰੂ ਦੀ ਸ਼ਰਨ ਵਿੱਚ ਬਹਿ ਕੇ ਸੇਵਾ ਸਮਨ ਕਰਨ। ਅੰਤਰ ਨਵਨਿਤ ਨਾਮ ਹੈ, ਅੰਦਰ ਕਹਿੰਦੇ ਇਸ ਜੀਵ ਦੇ ਨਵਨਿਤ ਨੌ ਨਿਧਾਂ ਦਾ ਨਾਮ ਦਾ ਭੰਡਾਰੇ ਕਹਿੰਦੇ ਭਰੇ ਪਏ ਆ। ਖਾਨ ਖਰਚਨ ਨਾ ਨਿਖੁੱਟੀ, ਖਾਂਦਿਆਂ ਖਰਚਦਿਆਂ ਅਤੇ ਰਾਤ ਦਿਨ ਜਪਦਿਆਂ ਅਤੇ ਉਹ ਮੁੱਕਦਾ ਨਹੀਂ ਸਗੋਂ ਵੱਧਦਾ ਆ। ਹਰ ਗੁਣ ਸਹਿਜ ਰਵਾਨ, ਜਿਹੜੇ ਹਰੀ ਦੇ ਗੁਣ ਹਰ ਵੇਲੇ ਗਾਉਂਦੇ ਆ, ਮਨ ਨੂੰ ਟਿਕਾਓ ਵਿੱਚ ਨੱਠ ਭੱਜ ਤੋਂ ਰੋਕ ਕੇ ਰੱਖਦੇ ਆ, ਉਹਨਾਂ ਨੂੰ ਇਹ ਪ੍ਰਾਪਤ ਹੁੰਦੇ ਆ। ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ, ਗੁਰ ਰਾਖੇ ਸੇ ਉਭਰੇ ਹਰ ਸਿਉਂ ਕੇਲ ਕਰਨ। ਕਹਿੰਦੇ ਨਾ ਓਏ ਜਨਮੇ ਨਾ ਮਰੇ, ਉਹਨਾਂ ਦਾ ਖਤਮ ਹੋ ਗਿਆ ਜੰਮਣਾ ਵੀ ਤੇ ਮਰਨਾ ਵੀ। ਨਾ ਓਏ ਦੁੱਖ ਸਹਨ, ਜਾਂ ਜੰਮਣ ਮਰਨਾ ਹੀ ਨਹੀਂ ਹੋਣਾ ਤਾਂ ਦੁੱਖ ਵੀ ਕਿੱਥੋਂ ਪਾਉਣੇ ਆ। ਨਾ ਕੋਈ ਉਹਨਾਂ ਨੂੰ ਦੁੱਖ ਦੇਖਣਾ ਪੈਂਦਾ ਆ। ਗੁਰ ਰਾਖੇ ਸੇ ਉਭਰੇ, ਜਿਹੜੇ ਗੁਰੂ ਦੀ ਸ਼ਰਨ ਪਾਏ ਉਹਨਾਂ ਨੂੰ ਗੁਰੂ ਨੇ ਆਪਣੇ ਸ਼ਰਨ ਵਿੱਚ ਰੱਖਿਆ, ਉਹ ਬਚ ਗਏ। ਹਰ ਸਿਉਂ ਕੇਲ ਕਰਨ, ਉਹ ਕਹਿੰਦੇ ਹਰੀ ਪਰਮਾਤਮਾ ਨਾਲ ਜੁੜ ਕੇ ਹਰ ਵੇਲੇ ਖੁਸ਼ੀਆਂ ਮਾਣਦੇ ਆ। ਖੇਲ ਖੁਸ਼ੀਆਂ, ਖੇਲ ਖੁਸ਼ੀਆਂ। ਸੱਜਣ ਮਿਲੇ ਨ ਵਿਛੜੇ ਜੇ ਅਣਦਿਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ। ਕਹਿੰਦੇ ਗੁਰ ਸੱਜਣ ਮਿਲੇ ਨਾ ਵਿਛੜੇ, ਜਿਹੜੇ ਸੱਜਣ ਪ੍ਰਭੂ ਨੂੰ ਨਾਲ ਮਿਲਾਪ ਜਿਹਨਾਂ ਦਾ ਹੋ ਗਿਆ, ਹੁਣ ਕਦੀ ਵਿਛੋੜਾ ਨਹੀਂ ਹੋ ਸਕਦਾ। ਜੇ ਅੰਨ ਦਿਨ ਮਿਲੇ ਰਹਿਣ, ਜਿਹੜੇ ਅੰਤਰ ਆਤਮੇ ਉਹਦੇ ਵਿੱਚ ਹਰ ਵੇਲੇ ਮਿਲੇ ਰਹਿੰਦੇ, ਜੁੜੇ ਰਹਿੰਦੇ ਆ। ਇਸ ਜਗ ਮੈਂ ਵਿਰਲੇ ਜਾਣੀ ਹੈ, ਇਹੋ ਜਿਹਾ ਕਹਿੰਦੇ ਗੁਰਮੁਖ ਪਿਆਰੇ
ਜਿਹੜੇ ਹਰ ਵੇਲੇ ਉਹਦੇ ਨਾਲ ਜੁੜੇ ਰਹਿਣ ਉਹ ਕਹਿੰਦੇ ਜਗਤ ਦੇ ਵਿੱਚ ਵਿਰਲੇ ਹਨ। ਨਾਨਕ ਸੱਚ ਲਹਾਨ ਉਹ ਕਹਿੰਦੇ ਸੱਚ ਦੀ ਪ੍ਰਾਪਤੀ ਕਰਦੇ ਆ, ਸੱਚੇ ਪ੍ਰਭੂ ਨੂੰ ਮਿਲ ਜਾਂਦੇ ਆ। ਸੁਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗਮ ਹੈ, ਕਿਤ ਬਿੰਦ ਮਿਲਿਆ ਜਾਏ, ਗੁਰ ਕੈ ਸ਼ਬਦ ਭਰਮ ਘਟੀਐ, ਅਚਿੰਤ ਵਸੈ ਮਨ ਆਏ। ਸੁਹੀ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਚਰਨ ਕਰਦੇ ਆ, ਕਹਿੰਦੇ ਹਰ ਜੀ ਸੂਖਮ ਅਗਮ ਹੈ, ਕਿਤ ਵਿਦ ਮਿਲਿਆ ਜਾਏ। ਕਹਿੰਦੇ ਉਹ ਹਰੀ ਪਰਮਾਤਮਾ ਜੋ ਹੈ ਉਹ ਅਤ ਸੂਖਮ ਆ, ਅਗਮ ਆ, ਸਾਡੇ ਪਹੁੰਚ ਤੇ ਪਰੇ ਆ ਤੇ ਗਮ ਰਹਿਤ ਹੈ। ਉਹਦੇ ਨਾਲ ਮਿਲਾਪ ਕਿਤ ਵਿਦ ਮਿਲਿਆ ਜਾਏ, ਉਹਨੂੰ ਕਿੱਦਾਂ ਮਿਲਿਆ ਜਾਏ, ਕਿੱਦਾਂ ਮਿਲਾਪ ਹੋਵੇ, ਕਿਉਂਕਿ ਦਸਵਾਂ ਦੁਆਰਾ ਸੰਕੜਾ ਰਾਹੀਂ ਦਸਵੇਂ ਪਾਏ ਮਨ ਤੋਂ ਮੈਗਲ ਹੋਏ ਰਹੋ, ਕਿਉਂ ਕਰ ਮਿਲਿਆ ਜਾਏ। ਕਹਿੰਦੇ ਉਸ ਪ੍ਰਭੂ ਦੇ ਮਿਲਣ ਦਾ ਰਸਤਾ ਇੰਨਾ ਸੂਖਮ ਆ, ਰਾਹੀ ਜਿਹੜੀ ਅਸੀਂ ਅੱਗ ਚ ਪਾਉਂਦੇ ਹਾਂ ਉਹਦਾ ਦਸਵਾਂ ਹਿੱਸੇ ਜਿੰਨਾ ਰਸਤਾ, ਜਿੱਥੋਂ ਦੀ ਸਵਾਸ ਲੰਘਣੇ ਆ ਤੇ ਸਵਾਸ ਜਿੱਥੋਂ ਦੀ ਲੰਘਣੇ ਆ ਮਨ ਨਾਲ ਹੀ ਜਾਣਾ। ਤੇ ਜੇ ਹੁਣ ਮਨ ਖਿੜਿਆ ਪਿਆ ਤਾਂ ਅੱਗਾ ਸੂਈ ਦੇ ਨੱਕੇ ਚ ਨਵਾਉਣਾ ਆ ਤਾਂ ਉਹਨੂੰ ਪਹਿਲਾਂ ਮੋਹਰ ਵੱਟ ਦੇਈਦਾ, ਮੋਹਰਲਾ ਹਿੱਸਾ ਉਹਦਾ ਬਰੀਕ ਤੇ ਬਰੀਕ ਕਰਨ ਦੀ ਕੋਸ਼ਿਸ਼ ਕਰੀਦੀ ਆ ਤਾਂ ਲੰਘੂਗਾ। ਜੇ ਉਹ ਹੁਣ ਧਾਗਾ ਖਿਲਰ ਜਾ ਲੰਘੇ ਨਹੀਂ ਸਕਦਾ। ਤੇ ਕਬੀਰ ਸਾਹਿਬ ਕਹਿੰਦੇ ਆ ਉਹ ਰਸਤਾ ਸੂਖਮ ਇੰਨਾ ਆ, ਰਾਈ ਦੇ ਦਸਵੇਂ ਹਿੱਸੇ ਸਾਨ ਜਿੱਥੋਂ ਦੀ ਸਵਾਸ ਤੇ ਮਨ ਨੇ ਜਾਣਾ ਦਸਵੇਂ ਦੁਆਰ। ਤੇ ਮਨ ਤਾਂ ਹਾਥੀ ਬਣਿਆ ਬੈਠਾ, ਹੁਣ ਉਹਦੇ ਵਿੱਚ ਵੀ ਕਿੱਦਾਂ ਲੰਘੇ। ਮਨ ਖਿੰਡਿਆ ਪਿਆ ਸੰਸਾਰ ਦੇ ਵਿੱਚ, ਮਨ ਹੋਮੇ ਦੇ ਵਿੱਚ ਫਸਿਆ ਪਿਆ, ਹਾਥੀ ਬਣਿਆ ਹੰਕਾਰ, ਤੇ ਉਹ ਪ੍ਰਭੂ ਦਾ ਮਿਲਣ ਦਾ ਰਸਤਾ ਜਿਹੜਾ ਆ ਬਹੁਤ ਸੂਖਮ ਆ, ਕਿਤ ਵਿਦ ਮਿਲਿਆ ਜਾਏ, ਫਿਰ ਉਹਦੇ ਨਾਲ ਮਿਲਾਪ ਕਿੱਦਾਂ ਹੋਵੇ। ਗੁਰ ਕੈ ਸ਼ਬਦ ਭਰਮ ਘਟੀਐ, ਕਹਿੰਦੇ ਗੁਰੂ ਦੇ ਗਿਆਨ ਦੁਆਰਾ ਸ਼ਬਦ ਸਿੱਖਿਆ ਦੁਆਰਾ ਮਨ ਦਾ ਭਰਮ ਦੂਰ ਕਰ ਦਈਏ, ਸਭ ਕੁਛ ਉਹਨੂੰ ਸਮਝ ਲਈਏ। ਤੇ ਅਚਿੰਤ ਵਸੈ ਮਨ ਆਏ, ਚਿੰਤਾ ਤੇ ਰਹਿਤ ਹੋ ਕੇ ਮਨ ਵਿੱਚ ਹਰ ਵੇਲੇ ਵਸਾਈ ਰੱਖੀਏ। ਗੁਰਮੁਖ ਹਰ ਹਰ ਨਾਮ ਜਪਨ, ਹੋ ਤਿਨ ਕੈ ਬਲਹਾਰਨੈ, ਮਨ ਹਰ ਗੁਣ ਸਦਾ ਰਵਨ ਰਹਾਉ। ਕਹਿੰਦੇ ਗੁਰਮੁਖ ਜਿਹੜੇ ਆ ਉਹ ਹਰ ਹਰ ਨਾਮ ਜਪਦੇ ਆ ਹਰ ਵੇਲੇ। ਹੋ ਤਿਨ ਕੈ ਬਲਹਾਰਨੈ, ਅਸੀਂ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਮਨ ਹਰ ਗੁਣ ਸਦਾ ਰਵਨ, ਮਨ ਦੇ ਵਿੱਚ ਹਰੀ ਦੇ ਗੁਣਾਂ ਨੂੰ ਜਿਹੜੇ ਵਸਾਈ ਰੱਖਦੇ ਆ। ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹੰਨ, ਸੇਵਕ ਗੁਰਮੁਖ ਖੋਜਿਆ, ਸੇ ਹੰਸੁਲੇ ਨਾਮ ਲਹੰਨ। ਕਹਿੰਦੇ ਗੁਰੂ ਜਿਹੜਾ ਆ ਇੱਕ ਥਾਂ ਦੱਖਣੀ ਓਂਕਾਰ ਚ ਆਉਂਦਾ ਆ, ਗੁਰ ਸਾਗਰ ਰਤਨੀ ਨਹੀਂ ਤੋਟ। ਗੁਰੂ ਸਾਗਰ ਦਾ ਸਰੂਪ ਆ, ਸਾਗਰ ਸਮੁੰਦਰ, ਤੇ ਰਤਨੀ ਨਹੀਂ ਤੋਟ, ਉਹਦੇ 'ਚ ਰਤਨ ਪਦਾਰਥ
ਜਿਹੜੇ ਆ ਪਤਾ ਨਹੀਂ ਸਮੁੰਦਰ ਵਿੱਚ ਕਿੰਨੇ ਭਰੇ ਪਏ ਆ। ਦੁਨੀਆਂ ਬੇੜੀਆਂ ਦੇ ਨਾਲ ਕੱਢਦੀ ਆ, ਕੋਈ ਕਿਸੇ ਤਰ੍ਹਾਂ ਕੱਢਦਾ, ਉਹ ਫਿਰ ਨਹੀਂ ਮੁੱਕਦੀ, ਤੋਟ ਨਹੀਂ ਆਉਂਦੀ। ਇਸੇ ਤਰ੍ਹਾਂ ਦੇ ਨਾਲ ਗੁਰੂ ਸਰਬ ਉਹ ਸਮੁੰਦਰ ਦੇ ਸਮਾਨ ਹੈ। ਮਾਨ ਸਰੋਵਰ ਉਹਨੂੰ ਕਹਿੰਦੇ ਜਿੱਥੇ ਹੰਸ ਵੱਸਦੇ ਆ, ਹੀਰੇ ਮੋਤੀ ਚੁਗਦੇ ਉਹਦੇ ਚ। ਤੇ ਕਹਿੰਦੇ ਹਾਂ ਗੁਰ ਸਰਵਰ ਮਾਨ ਸਰੋਵਰ ਹੈ, ਪਰ ਬੜ ਭਾਗੀ ਪੁਰਖ ਹਨ, ਉਹ ਵੱਡੇ ਭਾਗਾਂ ਵਾਲੇ ਪੁਰਖ ਹਨ ਜਿਹੜੇ ਗੁਰੂ ਦੇ ਇਸ ਸਰੋਵਰ ਵਿੱਚੋਂ ਉਹ ਹੀਰੇ ਮੋਤੀ ਨਾਮ ਰੂਪੀ ਗੁਣਾ ਰੂਪੀ ਚੁਗਦੇ ਆ। ਪੁਰਖ ਸੇਵਕ ਗੁਰਮੁਖ ਖੋਜਿਆ, ਸੇਵਕ ਗੁਰਮੁਖ ਖੋਜਿਆ। ਕਹਿੰਦੇ ਜਿਹੜੇ ਗੁਰੂ ਦੇ ਸੇਵਾ ਵਿੱਚ ਜੁੜੇ ਸੇਵਕ ਬਣ ਕੇ ਗੁਰਮੁਖ, ਉਹਨਾਂ ਨੇ ਅੰਦਰ ਆਤਮਾ ਵਿੱਚੋਂ ਆਤਮਿਕ ਜੀਵਨ ਨੂੰ ਪ੍ਰਾਪਤ ਕੀਤਾ, ਖੋਜਿਆ, ਪ੍ਰਭੂ ਨੂੰ ਖੋਜਿਆ। ਸੇ ਹੰਸਲੇ ਨਾਮ ਲਹਨ, ਉਹ ਕਹਿੰਦੇ ਅਸਲੀ ਹੰਸ ਹੈ, ਉਹ ਨਾਮ ਪ੍ਰਾਪਤ ਉਹਨੇ ਨਾਮ ਰੂਪੀ ਹੀਰਾ ਚੁਗਿਆ। ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਧੁਰ ਪੂਰਵ ਹੋਵੇ ਲਿਖਿਆ ਗੁਰ ਭਾਣਾ ਮਨ ਲੈਣ। ਕਹਿੰਦੇ ਨਾਮ ਧਿਆਇਨ ਰੰਗ ਸਿਉ, ਇੱਥੇ ਕਰਨਾ ਹੈ ਹਾਂਜੀ। ਨਾਮ ਕਹਿੰਦੇ ਪਿਆਰ ਵਿੱਚ ਜਪਣ, ਇਹ ਨਹੀਂ ਬਈ ਦੌੜ ਦਾ ਫਰਜ਼ ਪੂਰਾ ਕਰਕੇ ਤਾਂ ਦੌੜਨ, ਅੰਦਰੋਂ ਪਿਆਰ ਹੋਵੇ, ਪਿਆਰ ਵਿੱਚ ਜਪਣ। ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਉਹ ਗੁਰਮੁਖ ਜਿਹੜੇ ਆ ਉਹਨਾਂ ਦੀ ਸੁਰਤੀ ਬਿਰਤੀ ਹਰ ਵਿੱਚ ਹਰ ਵੇਲੇ ਫਿਰ ਨਾਮ ਵਿੱਚ ਜੁੜ ਜਾਂਦੀ ਆ। ਤੁਰ ਪੂਰਵ ਹੋਵੇ ਲਿਖਿਆ, ਕਹਿੰਦੇ ਜੇ ਤੁਰੋਂ ਪਿਛਲੇ ਜਨਮਾਂ ਤੋਂ ਹੀ ਸ਼ੁਭ ਕਰਮ ਕੀਤੇ ਲਿਖੋ, ਤੁਰੋਂ ਦਰਗਾਹ ਤੋਂ ਮੱਥੇ 'ਤੇ ਹੋਣ ਗੁਰ ਭਾਣਾ ਮਨ ਲੈਣ, ਉਹ ਕਹਿੰਦੇ ਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਆ, ਉਹਦੇ ਭਾਣੇ ਵਿੱਚ ਰਹਿੰਦੇ। ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਦਾਨ, ਗੁਰਪੂਰੇ ਵੇਖਾਲਿਆ ਪ੍ਰਭ ਆਤਮ ਰਾਮ ਪਛਾਣ। ਕਹਿੰਦੇ ਵਡਭਾਗੀ ਜਿਹੜੇ ਗੁਰਮੁਖ ਹਨ ਉਹਨਾਂ ਨੇ ਆਪਣੇ ਘਰ ਹਿਰਦੇ ਵਿੱਚ ਹੀ ਪ੍ਰਭੂ ਨੂੰ ਖੋਜ ਲਿਆ ਤੇ ਉਹਨੂੰ ਪਾਇਆ, ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ। ਗੁਰਪੂਰੇ ਵੇਖਾਲਿਆ, ਪੂਰੇ ਗੁਰੂ ਨੇ ਦਰਸ਼ਨ ਕਰਾ ਦਿੱਤੇ, ਪ੍ਰਭੂ ਨਾਲ ਮਿਲਾਪ ਕਰਾ ਦਿੱਤਾ। ਪ੍ਰਭ ਆਤਮ ਰਾਮ ਪਛਾਣ, ਕਹਿੰਦੇ ਪ੍ਰਭੂ ਰੂਪ ਜੋ ਆਤਮਾ ਹੈ ਉਸ ਆਤਮਾ ਰਾਮ ਪਰਮਾਤਮਾ ਰੂਪ ਨੂੰ ਉਹਨਾਂ ਨੇ ਪਛਾਣ ਲਿਆ, ਪ੍ਰਾਪਤ ਕਰ ਲਿਆ। ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਨ ਨ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਕਟ ਪ੍ਰਗਟ ਹੋਏ। ਸਾਰਿਆਂ ਦੇ ਕਹਿੰਦੇ ਪ੍ਰਭੂ ਤਾਂ ਸਾਰਿਆਂ ਦਾ ਹੀ ਆ, ਇਹ ਨਹੀਂ ਵੀ ਉਹ ਗੁਰਮੁਖਾਂ ਦਾ ਆ ਤੇ ਬਾਕੀ ਦਿਆਂ ਦਾ ਨਹੀਂ, ਬਾਕੀ ਦਿਆਂ ਨੂੰ ਜੁੜੇ ਨਹੀਂ ਉਹਦੇ ਨਾਲ। ਇਸ ਕਰਕੇ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਈ, ਜੇ ਕਹੀਏ ਮਨਮੁਖਾਂ ਦਾ ਕੋਈ ਹੋ ਰਿਹਾ ਤੇ ਗੁਰਮੁਖਾਂ ਦਾ ਹੋ ਰਿਹਾ, ਇਹ ਨਹੀਂ ਹੈ, ਸਭਨਾ ਜੀਆਂ ਕਾ ਇੱਕੋ ਹੀ ਦਾਤਾ ਆ, ਦੂਜਾ ਕੋਈ ਨਹੀਂ ਹੈਗਾ। ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਗੁਰੂ ਦੁਆਰਾ ਦੁਬਾਰਾ ਗੁਰੂ ਦੀ ਕਿਰਪਾ ਨਾਲ ਜਿਹਦੇ ਮਨ ਵਿੱਚ ਵੱਸ ਜਾਏ ਉਹਦਾ ਪਿਆਰ ਉਹਦਾ ਨਾਮ, ਉਹ ਉਹਦੇ ਹਰ ਵੇਲੇ ਯਾਦ ਵਿੱਚ ਜੁੜਿਆ ਰਹੇ,
ਤਾਂ ਮਹਾਰਾਜ ਕਹਿੰਦੇ ਤਿੱਤ ਘੱਟ ਪ੍ਰਗਟ ਹੋਏ ਉਹਦੇ ਸਰੀਰ ਦੇ ਅੰਦਰ ਆਤਮਿਕ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਂਦੇ ਆ। ਸਭ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਵਸੈ ਸਭ ਥਾਂ, ਮੰਦਾ ਕਿਸ ਨੂੰ ਆਖੀਐ, ਸਬਦ ਵੇਖੋ ਲਿਵ ਲਾਏ। ਕਹਿੰਦੇ ਸਾਰੇ ਹੀ ਤਾਂ ਉਹ ਅੰਤਰਜਾਮੀ ਪ੍ਰਭੂ ਆਪ ਆ, ਉਹ ਹਰ ਜਗ੍ਹਾ ਤੇ ਵਸਣ ਵਾਲਾ ਆ, ਸਭ ਅੰਤਰਜਾਮੀ ਬ੍ਰਹਮ ਹੈ। ਉਹ ਜਿਹੜਾ ਅੰਦਰ ਦੀਆਂ ਸਾਡੇ ਜਾਣਨਹਾਰ ਪ੍ਰਭੂ ਬ੍ਰਹਮ ਸਰੂਪ ਹੈ, ਬ੍ਰਹਮ ਵਸੈ ਸਭ ਥਾਏ, ਉਹ ਬ੍ਰਹਮ ਸਰੂਪ ਹੋ ਕੇ ਸਾਰੀ ਜਗ੍ਹਾ ਤੇ ਵੱਸਦਾ ਆ, ਕੋਈ ਐਸਾ ਥਾਂ ਨਹੀਂ ਜਿੱਥੇ ਨਹੀਂ। ਤਾਂ ਜੇ ਮਨਮੁੱਖਾਂ ਵਿੱਚ ਵੀ ਉਹ ਆਪ ਵੱਸਦਾ ਆ, ਗੁਰਮੁਖਾਂ ਵਿੱਚ ਵੀ ਪ੍ਰਗਟ ਆਪ ਹੁੰਦਾ ਆ, ਅਤੇ ਮੰਦਾ ਕਿਸੇ ਨੂੰ ਆਖੀਐ, ਸਬਦ ਵੇਖੋ ਲਿਵ ਲਾਏ। ਕਹਿੰਦੇ ਮੰਦਾ ਚੰਗਾ ਕਹਿਣ ਦੀ ਬਜਾਏ ਉਹਦੀ ਸਿੱਖਿਆ ਗੁਰੂ ਦੀ ਲੈ ਕੇ ਕੁਛ ਸ਼ਬਦ ਦੀ ਕਮਾਈ ਕਰਕੇ ਉਹਦੇ ਨਾਲ ਪਿਆਰ ਦੀ ਲਿਵ ਲਾ ਕੇ ਦੇਖ ਲਓ। ਕਹਿੰਦੇ ਬੁਰਾ ਭਲਾ ਤਿੱਚਰ ਆਖਦਾ, ਜਿੱਚਰ ਹੈ ਦੋਹੋ ਮਾਹੇ, ਗੁਰਮੁਖ ਏਕੋ ਬੁਝਿਆ, ਏਕਸ ਮਾਹੇ ਸਮਾਏ। ਕਹਿੰਦੇ ਜਿੰਨਾ ਚਿਰ ਇਹ ਕਿਸੇ ਨੂੰ ਚੰਗਾ ਸਮਝਦਾ, ਕਿਸੇ ਨੂੰ ਬੁਰਾ ਸਮਝਦਾ, ਮੰਦਾ ਕਿਸ ਨੂੰ ਆਖੀ ਜਾ, ਤਿਸ ਦਿਨ ਕੋਈ ਨਾ ਹੈ। ਇਹ ਕਥਾ ਫਰੀਦ ਸਾਹਿਬ ਜੀ ਕਹਿੰਦੇ ਆ। ਇੱਥੇ ਕਿਹਾ ਮੰਦਾ ਕਿਸ ਨੂੰ ਆਖੀਐ, ਸ਼ਬਦ ਵੇਖੋ ਲਿਵ ਲਾਏ। ਉਹ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਦੇਖੋ ਵੀ ਸਾਰਿਆਂ 'ਚ ਉਹ ਆ ਪਿਆ, ਤਾਂ ਫਿਰ ਮੰਦਾ ਕਿਸੇ ਨੂੰ ਕਹੀਏ। ਅਤੇ ਬੁਰਾ ਭਲਾ ਤਿੱਚਰ ਆਖਦਾ, ਕਿਸੇ ਨੂੰ ਚੰਗਾ ਕਹਿਣਾ, ਕਿਸੇ ਦਾ ਮਾੜਾ ਨਿੰਦਿਆ ਕਰਨੀ, ਕਿਸੇ ਦੀਆਂ ਗੱਲਾਂ ਸਿਫਤਾਂ ਕਰਨੀਆਂ, ਇਹ ਕਹਿੰਦੇ ਉਹਨਾਂ 'ਚ ਰਹੀ ਹੈ। ਅਤੇ ਤਿੱਚਰ ਆਖਦਾ, ਜਿੱਚਰ ਹੈ ਦੋ ਮਾਹੇ, ਜਿੰਨਾ ਚਿਰ ਇੱਕ ਪ੍ਰਭੂ ਨੂੰ ਨਹੀਂ ਅਨਬੁੱਝਿਆ। ਕਦੀ ਤਾਂ ਚਾਹੁੰਦਾ ਵੀ ਮੈਂ ਇਹਦਾ ਵੀ ਨੌਲੇਜ ਮੈਨੂੰ ਹੋਵੇ, ਨਹੀਂ ਤਾਂ ਮਨਮੁੱਖਾਂ ਨਾਲ ਫਸਿਆ ਰਹਿੰਦਾ। ਉਹਨਾਂ ਚਿਰ ਬੁਰਾ ਕਿਸੇ ਨੂੰ ਕਹਿੰਦਾ, ਕਿਸੇ ਨੂੰ ਚੰਗਾ ਕਹਿੰਦਾ, ਦੋ ਪਾਸੀਆਂ। ਗੁਰਮੁਖ ਇੱਕੋ ਇੱਕੋ ਬੁੱਝਿਆ, ਇੱਕ ਸਮਾਹੇ ਸਮਾਏ। ਗੁਰਮੁਖਾਂ ਨੇ ਸਾਰੇ ਰੂਪਾਂ ਵਿੱਚ ਉਹ ਪ੍ਰਭੂ ਨੂੰ ਜਾਣਿਆ, ਇਸ ਲਈ ਉਹ ਇੱਕ ਨੂੰ ਜਾਣ ਕੇ ਇੱਕ ਵਿੱਚ ਸਮਾ ਗਏ। ਉਹ ਹੁਣ ਦੋ ਚਿੱਤੇ ਨਹੀਂ ਰਹੇ। ਸੇਵਾ ਸਾਹ ਪ੍ਰਭ ਭਾਵ ਸੀ, ਜੋ ਪ੍ਰਭ ਪਾਏ ਖਾਏ, ਜਾਂ ਨਾਨਕ ਹਰ ਅਰਾਧਿਆ, ਗੁਰ ਚਰਨੀ ਚਿੱਤ ਲਾਏ। ਕਹਿੰਦੇ ਸੇਵਾ ਸਾਹ ਪ੍ਰਭ ਭਾਵ ਸੀ, ਜੋ ਪ੍ਰਭ ਪਾਏ ਥਾਏ। ਕਹਿੰਦੇ ਸੇਵਾ ਕੀਤੀ ਹੀ ਪ੍ਰਭੂ ਦੀ, ਉਹ ਹੀ ਲੇਖੇ ਵਿੱਚ ਆਈ ਆ ਜੋ ਉਸ ਪ੍ਰਭੂ ਨੂੰ ਪਾ ਕੇ ਭਾ ਜਾਵੇ। ਜਨ ਨਾਨਕ ਹਰ ਅਰਾਧਿਆ, ਨਾਨਕ ਜੀ ਕਹਿੰਦੇ ਆ ਉਹਦੇ ਸੇਵਕਾਂ ਨੇ ਉਹਨੂੰ ਅਰਾਧਿਆ, ਗੁਰ ਚਰਨੀ ਚਿੱਤ ਲਾਏ, ਗੁਰੂ ਦੇ ਚਰਨੀ ਲਾ ਕੇ ਚਿੱਤ ਆਪਣਾ ਜੋੜ ਕੇ ਉਹਦੀ ਅਰਾਧਨਾ ਕੀਤੀ। ਰਾਗ ਸੂਹੀ ਅਸ਼ਟਪਦੀਆਂ ਮਹਿਲਾ ਚੌਥਾ ਕਰ ਦੂਜਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ ਰਹਾਓ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ, ਸੂਹੀ ਰਾਗ ਦੇ ਅੰਦਰ ਅੱਠਾਂ ਪਦਾਂ ਵਾਲਾ ਸ਼ਬਦ ਚੌਥੇ ਪਾਤਸ਼ਾਹ ਜੀ ਦੂਸਰੇ ਘਰ 'ਚ ਉਚਾਰਨ ਕਰਦੇ ਆ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋਈ ਗੁਰਮੁਖ ਪਿਆਰਾ, ਕੋਈ ਮਹਾਂਪੁਰਸ਼ ਜਾਂ ਗੁਰੂ ਪਿਆਰਾ, ਉਸ ਪ੍ਰਭੂ ਦੇ ਨਾਲ ਮਿਲਾਪ ਕਰਾ ਦੇਵੇ।
ਜਿਹੜਾ ਹੋਂ ਤਿਸ ਪੈ ਆਪ ਵਿੱਚ ਆਏ ਮੈਂ ਆਪਾ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦੇਵਾਂ ਭਾਵ ਅਰਪਣ ਕਰ ਦੇਵਾਂ ਪਰ ਦਰਸ਼ਨ ਹਰ ਦੇਖਣ ਕਹਿ ਤਾਈ ਕਹਿੰਦੇ ਇੱਕ ਦਰਸ਼ਨਾਂ ਦੀ ਲਾਲਸਾ ਹੈ ਜਿਹੜਾ ਮੈਨੂੰ ਉਹਦੇ ਨਾਲ ਮਿਲਾਪ ਕਰਾ ਦੇਵੇ ਜਿਹੜਾ ਦਰਸ਼ਨ ਕਰਾ ਦੇਵੇ ਉਹਦੇ ਅੱਗੇ ਮੈਂ ਆਪਣਾ ਆਪ ਵੇਚ ਦੇਵਾਂ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਇਹ ਕਿਰਪਾ ਤਾਂ ਹੋ ਸਕਦੀ ਆ ਜੇ ਸਤਿਗੁਰੂ ਦਾ ਮਿਲਾਪ ਹੋਵੇ ਹਰ ਹਰ ਨਾਮ ਧਿਆਈ ਜੇ ਉਹਦੀ ਕਿਰਪਾ ਦੁਆਰਾ ਸਤਿਗੁਰੂ ਦਾ ਮਿਲਾਪ ਹੋ ਜਾਵੇ ਹਰੀ ਨਾਮ ਦਾ ਉਪਦੇਸ਼ ਲੈ ਕੇ ਉਹਨੂੰ ਜਪੀਏ ਤਾਂ ਫਿਰ ਕਹਿੰਦੇ ਅੱਗੇ ਦੱਸਣਗੇ ਰਾਹ ਜੇ ਸੁਖ ਦੇ ਤਾਂ ਤੁਝ ਹੈ ਅਰਾਦੀ ਦੁੱਖ ਪੀ ਤੁਝ ਧਿਆਈ ਜੇ ਭੁੱਖ ਦੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਇਸ ਤਰ੍ਹਾਂ ਦੇ ਨਾਲ ਜਿਹੜੇ ਗੁਰਮੁਖ ਉਹਦੇ ਹੁਕਮ ਵਿੱਚ ਆ ਜਾਂਦੇ ਆ ਕਹਿੰਦੇ ਰਹਾਓ ਜੇ ਸੁਖ ਦੇਹੇ ਜੇ ਹੇ ਪ੍ਰਭੂ ਤੂੰ ਸੁਖ ਦੇਵੇਂ ਤਾਂ ਅਸੀਂ ਤੈਨੂੰ ਹਰ ਵੇਲੇ ਜਪਦੇ ਰਹੀਏ ਤਾਂ ਤੁਝੇ ਧਿਆ ਅਰਾਧੀ ਤੇਰੀ ਅਰਾਧਨਾ ਕਰਦੇ ਰਹੀਏ ਜਪਦੇ ਰਹੀਏ ਦੁੱਖ ਵੀ ਤੁਝੇ ਧਿਆਈ ਜੇ ਦੁੱਖ ਆ ਜਾਈਏ ਤਾਂ ਵੀ ਤੇਰਾ ਧਿਆਨ ਨਾ ਛੱਡੀਏ ਤੈਨੂੰ ਧਿਆਉਂਦੇ ਰਹੀਏ ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਜੇ ਤੂੰ ਖਾਣ ਨੂੰ ਕੁਛ ਪ੍ਰਾਪਤ ਨਾ ਹੋਵੇ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਵੀ ਆਪ ਦੀ ਕਿਰਪਾ ਨਾਲ ਆ ਛਕਿਆ ਜਾਂ ਛਕਾਇਆ ਜਾਂ ਸੁੱਖਿਆਂ ਨਾਲ ਤੈਂ ਚਾਰ ਪੈਰ ਦਿਨ ਬਿਤਾਇਆ ਅਤੇ ਚਾਰ ਪੈਰ ਦੀ ਰਹਿਣ ਆਉਣੀ ਆਪਣੇ ਪਾਣੇ ਵਿੱਚ ਸੁੱਖਾਂ ਵਿੱਚ ਬਿਤਾਉਣੀ ਇਸ ਤਰ੍ਹਾਂ ਨਾਲ ਕਹਿੰਦੇ ਜੇ ਤੂੰ ਭੁੱਖਾ ਵੀ ਰੱਖੇ ਤਾਂ ਮੈਂ ਉਹ ਤੋਂ ਵੀ ਸਬਰ ਕਰ ਲਵਾਂ ਮੈਂ ਕਹਾਂ ਵੀ ਮੈਂ ਬਹੁਤ ਕੁਛ ਖਾਧਾ ਹੈ ਜੇ ਦੁੱਖ ਦੇਵੇਂ ਤੂੰ ਤੇ ਫਿਰ ਵੀ ਉਹਨੂੰ ਸੁੱਖ ਸਮਝਾਂ ਕਿਉਂ ਕਿ ਤੇਰੇ ਭਾਣੇ ਵਿੱਚ ਤਾਂ ਹੀ ਰਹਿ ਸਕਦੇ ਹਾਂ ਕਿਉਂਕਿ ਤੂੰ ਕਿਸੇ ਨੂੰ ਦੁੱਖ ਨਹੀਂ ਦਿੰਦਾ ਜੇ ਦੁੱਖ ਆਇਆ ਤਾਂ ਸਾਡੇ ਕਰਮਾਂ ਅਨੁਸਾਰ ਆਇਆ ਉਹਨੂੰ ਸੁੱਖ ਕਰਕੇ ਭੋਗਾਂ ਤਨ ਮਨ ਅੱਗੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੋ ਖਾਈ ਮਨ ਤਨ ਮਨ ਤਨ ਇਹ ਕਹਿਣਾ ਹੀ ਹਾਲੇ ਮੈਂ ਤੁਸੀਂ ਅਰਥ ਕੱਢਣੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਹਿੰਦੇ ਐਸਾ ਕੋਈ ਸਮਾਂ ਆ ਜਾਏ ਮੇਰਾ ਬੰਦ ਬੰਦ ਵੀ ਕੱਟ ਹੋ ਜਾਵੇ ਕੋਈ ਐਸਾ ਸਮਾਂ ਆ ਜਾਏ ਤੇ ਵਿੱਚ ਅੱਗ ਦੇ ਵਿੱਚ ਜੀਂਦਿਆਂ ਜਲਣਾ ਪੈ ਜਾਏ ਤੇ ਕਹਿੰਦੇ ਮੈਂ ਇਹ ਪ੍ਰਵਾਨ ਕਰਦਾ ਹਾਂ ਪ੍ਰਵਾਨ ਹੀ ਨਹੀਂ ਕੀਤਾ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਪਿਆ ਕੱਟ ਹੁੰਦਾ ਦਿਖਾ ਲਿਆ ਤੇ ਉਹ ਫੇਰ ਵੀ ਜਲਾਦ ਨੂੰ ਕਹਿ ਰਿਹਾ ਜਲਾਦ ਕਹਿੰਦਾ ਮੈਂ ਤੇਰਾ ਗੁੱਟ ਕੱਟ ਕੇ ਲੈ ਜਾਂਦਾ ਕਹਿ ਦੂੰਗਾ ਮੈਂ ਕੱਟ ਦਿੱਤਾ ਜਾਂ ਇੱਕ ਉਂਗਲੀ ਕੱਟ ਕੇ ਲੈ ਜਾਂਦਾ ਤੇ ਜਾ ਕੇ ਦਿਖਾ ਦੂੰਗਾ ਮੈਂ ਬੰਦ ਬੰਦ ਕੱਟ ਦਿੱਤਾ ਤੇ ਭਾਈ ਮਨੀ ਸਿੰਘ ਕਹਿੰਦੇ ਨਹੀਂ ਜੋ ਮਾਲਕ ਹੁੰਦਾ ਉਹਦੇ ਹੁਕਮ ਨੂੰ ਮੰਨੀ ਦਾ ਉਹ ਤੋਂ ਅਨਕਾਰੀ ਨਹੀਂ ਹੋਇਆ ਤੈਨੂੰ ਹੁਕਮੇ ਬੰਦ ਬੰਦ ਕੱਟਣਾ ਤੂੰ ਕਹਿੰਦਾ ਕੱਟ ਮੈਨੂੰ ਕੀ ਫਰਕ ਪੈਂਦਾ
ਆਪ ਕਹਿ ਕਹਿ ਕੇ ਕਟਾਉਣ ਡਿਆ ਏਦਾਂ ਕੱਟ ਏਦਾਂ ਕੱਟ ਕੋਈ ਫਰਕ ਨੀ ਬੰਦ ਬੰਦ ਕਟਾਇਆ ਜਿੱਦਾਂ ਇੱਥੇ ਲਿਖਿਆ ਵੀ ਤਨ ਮਨ ਕਾਟ ਕਾਟ ਸਭ ਅਰਬੀ ਮੈਨੂੰ ਇਹ ਕਟਾਉਣਾ ਮਨਜ਼ੂਰ ਹੈ ਜੇ ਤੇਰੇ ਦਰ ਤੇ ਪ੍ਰਵਾਨਗੀ ਹੋ ਜਾਏ ਵਿੱਚ ਅਗਨੀ ਆਪ ਜਲਾਈ ਮੈਂ ਆਪਾ ਭਾਗ ਆਪਾ ਨਾ ਆਪ ਅਗਨ ਵਿੱਚ ਵੀ ਜਲਾਉਣਾ ਪੈ ਜਾਏ ਤਾਂ ਮੈਂ ਤੇਰੇ ਭਾਣੇ ਵਿੱਚ ਹੀ ਰਹਾਂ ਤੱਤੀਆਂ ਤਵੀਆਂ ਤੇ ਬੈਠ ਕੇ ਰੇਤਾ ਪਵਾਇਆ ਗੁਰੂ ਸਾਹਿਬਾਂ ਜੋ ਬਚਨ ਕੀਤਾ ਉਹ ਕਰਕੇ ਦਿਖਾਲਿਆ ਕਿਸੇ ਰੂਪ ਵਿੱਚ ਜੇ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਆ ਪੰਜਵੇਂ ਸਰੂਪ ਵਿੱਚ ਜਾ ਕੇ ਦਿਖਾ ਦਿੱਤਾ ਤੇ ਪੱਖਾ ਫੇਰੀ ਪਾਣੀ ਢੋਵਾਂ ਜੋ ਤੇਰਾ ਸੁਖਾਈ ਕਹਿੰਦੇ ਮੈਂ ਪੱਖਾ ਹਰ ਵੇਲੇ ਦੀ ਸੇਵਾ ਕਰਾਂ ਪਾਣੀ ਢੋਣ ਦੀ ਸੇਵਾ ਕਰਾਂ ਜੋ ਮੈਨੂੰ ਦੇਵੋ ਮੈਂ ਉਹੀ ਖਾ ਕੇ ਆਨੰਦ ਵਿੱਚ ਰਹਾਂ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿ ਵਡਿਆਈ ਅੱਖੀ ਕਾੜ ਤਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਨਹੀਂ ਉਹ ਰਹਿੰਦੇ ਇੱਥੇ ਪੂਰਾ ਪਹਿਲਾਂ ਇਹਨਾਂ ਨੇ ਕਰ ਦਿੱਤਾ ਫਿਰ ਗਾਹਾਂ ਸ਼ੁਰੂ ਹੋਣਾ ਨਾਨਕ ਗਰਬ ਢਹਿ ਪਿਆ ਦੁਆਰੈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿ ਲਹਿੋ ਵਡਿਆਈ ਜਿਹੜੀਆਂ ਪਿੱਛੇ ਗੱਲਾਂ ਕਹੀਆਂ ਵੀ ਭਾਵੇਂ ਦੁੱਖ ਆਵੇ ਸੁੱਖ ਆਵੇ ਉਹਨੂੰ ਵੀ ਮੈਂ ਦੁੱਖ ਨੂੰ ਵੀ ਸੁੱਖ ਕਰਕੇ ਜਾਣਾ ਬੰਦ ਬੰਦ ਕਟਾਉਣਾ ਪੈ ਜਾਏ ਉਹ ਵੀ ਕਟਾਉਣ ਤੇ ਮੈਂ ਅਨਕਾਰੀ ਨਾ ਹੋਵਾਂ ਅਗਨੀ ਜੇ ਜਲਾਉਣਾ ਪਵੇ ਉਹ ਵੀ ਤੇਰੇ ਭਾਣੇ ਵਿੱਚ ਮੈਂ ਜਲਾ ਦੇਵਾਂ ਪੱਖਾ ਝੱਲਣਾ ਪਵੇ ਸੇਵਾ ਕਰਨੀ ਪਵੇ ਉਹ ਵੀ ਮੈਂ ਬੜੀ ਖੁਸ਼ੀ ਨਾਲ ਕਰਾਂ ਤੇ ਜੋ ਖਾਣ ਨੂੰ ਮਿਲ ਜਾਏ ਖਾ ਕੇ ਮੈਂ ਪ੍ਰਸੰਨ ਰਹਾਂ ਇਸ ਤਰ੍ਹਾਂ ਨਾਲ ਸਾਰੀਆਂ ਗੱਲਾਂ ਮੈਨੂੰ ਪ੍ਰਵਾਨ ਆ ਗਰੀਬ ਨੂੰ ਨਾਨਕ ਜੀ ਕਹਿੰਦੇ ਗਰੀਬ ਢਹਿ ਪਿਆ ਦੁਆਰੇ ਮੈਂ ਗਰੀਬ ਹਾਂ ਮੈਂ ਮਸਕੀਨ ਹਾਂ ਤੁਹਾਡੇ ਦੁਆਰੇ ਢਹਿ ਕੇ ਪੈ ਗਿਆ ਜੋ ਮਰਜ਼ੀ ਕਰ ਲਓ ਇਹਨੂੰ ਮੈਨੂੰ ਤੁਹਾਡਾ ਕੀਤਾ ਪ੍ਰਵਾਨ ਹਰ ਮੇਲ ਲਿਆਓ ਵਡਿਆਈ ਬਸ ਇੱਕ ਕਿਰਪਾ ਕਰ ਦਿਓ ਇਹ ਵਿਛੜੋ ਨੂੰ ਮਿਲਾ ਲਓ ਸੰਗਤਾਂ ਨੂੰ ਪ੍ਰਵਾਨ ਕੀਤਾ ਮਹਾਰਾਜ ਨੇ ਤਾਂ ਇੱਡੀ ਉੱਚੀ ਪਦਵੀ ਪ੍ਰਾਪਤ ਹੋਈ ਅਸੀਂ ਸੇਵਾ ਥੋੜੀ ਮੰਗਣ ਬਹੁਤ ਸੇਵਾ ਤਾਂ ਸਾਡੀ ਬਹੁਤ ਥੋੜੀ ਤਾਂ ਮੰਗਾਂ ਸਾਡੀਆਂ ਪਤਾ ਨੀ ਕਿੰਨੀਆਂ ਕੁ ਅੱਗੇ ਰੱਖ ਦਿੰਦੇ ਹਾਂ ਸੇਵਾ ਕਰਨ ਤੋਂ ਪਹਿਲਾਂ ਹੀ ਸ਼ਰਤਾਂ ਲਾ ਲੈਂਦੇ ਹਾਂ ਵੀ ਅਸੀਂ ਇਹ ਸੇਵਾ ਕਰੂੰਗੇ ਸਾਨੂੰ ਆਹ ਮਿਲੂਗਾ ਫਿਰ ਕਿਤੇ ਵੀ ਅਰਦਾਸ ਤੁਸੀਂ ਦੇਖ ਲਓ ਗੁਰੂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਖੰਡ ਪਾਠ ਕਰਾ ਕੇ ਅਰਦਾਸਾਂ ਸੁਣ ਸੁਣ ਕੇ ਦੇਖ ਲਿਓ ਵੀ ਕੋਈ ਨਾਮ ਦੀ ਮੰਗ ਨਹੀਂ ਕਰਦਾ ਸਹੀ ਹੈ ਬਾਕੀ ਪਦਾਰਥਾਂ ਦੀਆਂ ਜਾਂ ਤੰਦਰੁਸਤੀ ਦੀਆਂ ਜਾਂ ਕੋਈ ਮਰ ਗਿਆ ਉਹਦੇ ਨਿਮਿੱਤ ਜਾਂ ਜੰਮ ਪਿਆ ਤਾਂ ਉਹਦੀ ਖੁਸ਼ੀ ਵਿੱਚ ਜਾਂ ਕਿਸੇ ਦੀ ਪੜ੍ਹਾਈ ਲਈ ਜਾਂ ਕਿਸੇ ਦੇ ਕੰਮ ਲਈ ਜਾਂ ਕੰਮ ਦੀ ਕਾਰੋਬਾਰ ਚ ਸਫਲਤਾ ਮਿਲੀ ਆ ਜਾਂ ਮਿਲ ਜਾਏ ਬਸ ਸੰਸਾਰ ਦੀਆਂ ਸਾਰੀਆਂ ਅਰਦਾਸਾਂ
ਪਰਮਾਰਥ ਦੀ ਅਰਦਾਸ ਕੋਈ ਨਹੀਂ ਹੁੰਦੀ।